بستی کے زیادہ یہ ایک بالشت قریب ہے، لہذا اسے جنت میں لے جاؤ۔ تو میرے دوستو، میں نہیں بلکہ اللہ کی عبادت بھی کیا کریں، نماز جو ہے یہ ہم سب پر فرض ہے اور اسے ضروری اپنانا چاہیے، فرائض واجبات اور سنتے جو ہے اس پر عمل پیرا ہونا چاہیے۔ میں نے الفاظ پہ ختم کرتا ہوں، وما علینا الا البلاغ المبین، آخر دعوانا الحمدللہ رب العالمین۔ دوستو، میں کافی دیر تو تکڑا پیا کہ میں کتنی دفعہ گزارش کی تھی کہ صاحبان تسی تعاون کر سو تو پروگرام بڑے سونے طریقے نال ہوسی، تے جے تسا اپنی باسو تے اسا اپنی وی باسا پے، انتظامیہ بھی موجود تھی۔ اے دوست جڑے سامنے کھلتے ہیں برائے کرم تشریف رکھی گرو بھائی۔ جا دوستو، سارے پروگرام شروع ہونے والا، دوئی گل ایک میں ابتدا گزارش کی تھی سی، میں دوبارہ ریپیٹ کری سکا، اس تو علاوہ ایک اور گزارش کی تھی سی انتظامیہ کی طرفوں سختی نال ہدایت تھی کہ کوئی بندہ فلم نہ بنا سی، اگر کوئی دوست اس سلسلے میں تکیا سنیا گیا تو گلہ نہ کر سی، کیونکہ میں پہلے ریکویسٹ کرنا پیا، تو جڑا بندہ ریکویسٹ نہ مننا ہے پھر تو آپ بہتر جاننے ہو کہ اس نال کیسا کتاب ہونا، ویسے انسان واسطے اشارہ ہی کافی ہوگا۔ شہر میں کیا وہ یا سچائیے جی منزل مراد کا لو پہلے رستے طوفان دے کہر بھی جا عرض کیتا صدق صافتی دا، صدق صافتی دا اتھے پڑ داون پہلے عشق دی نظر کے صاف بچ آ، صدق صافتی دا اتھے پڑ داون پہلے عشق دی نظر کے صاف بچ آ، اوے جا ایک یاد محبوب سادی مجنوان جنونی شباب بچا، آسی پنو بن منزل قریب تیرے سچی بانگ بلوچی اتاب بچا، یاسر پانک دیوانے اگدا ہو کے نکر نکھا نمائش نکا بچا، جڑی اصل حیثیت انسان دیئے کچھ تو خون نہیں آدم نو زیب دیں دے، یہ تو خاص صفت ازرو شیطان دی ہے، کچھ تو خون نہیں آدم نو زیب دیں دے، یہ تو خاص صفت ازرو شیطان دی ہے، اس نے خلق ہے ازلی میراث تیری جڑی صاف نشانی ایمان دی ہے، یا سر جگ وچ پیار نو عام کر دے جڑی اصل ہدایت قرآن دی ہے، جڑی اصل ہدایت قرآن دی ہے۔ دوستو، ایک دو سکون دوستو بعد انشاءاللہ عزیز پروگرام شروع سی، اور بڑا سونا جب کچھ دوست بھی کہ باہر نظر اشرے پہ پنڈالی تشریف لیا اور تشریف رکھو تاکہ پروگرام شروع کیتا جائے۔ آیا تیرے در تنگ جہان کو لوں زندہ دفن میں زیر زمین سائیں، کردی موت بھی نہیں قبول نہ لے تیری ظالم مخلوق نہ جی سائیں،
ਕੀ ਤਕਦੀਰ ਦਾ ਲੈ ਟਿੱਕਾ ਤੇਰੇ ਦਾ ਨਾਲ ਯਕੀਨ ਸਾਈ ਜਸਰ ਕਸ਼ਤੀ ਤੂਫਾਨ ਸੀ ਪਾਰ ਕਰ ਦੇ ਤੇ ਕਿ ਕਲਬੀ ਸਕੂਨ ਤਸਕੀਨ ਸਾਈ ਬਾਲ ਬਾਲ ਆਵਿਆ ਮਿਸਾਲ ਮੇਰਾ ਬਾਲ ਬਾਲ ਆਵਿਆ ਮਿਸਾਲ ਮੇਰਾ ਕੀਤਾ ਰਾਖ ਪਿੰਜਰ ਇਸ਼ਕ ਬਾਲ ਸਾਈ ਬੇਹੋਸ਼ ਬੇਹੋਸ਼ ਮਜਨੂਨ ਮਦਹੋਸ਼ ਸ਼ੋਕੂ ਲੀਰਾ ਲੀਰਾ ਲਬਾਸ ਬੇਹਾਲ ਸਾਈ ਦਰਦੀ ਕੌਣ ਜਿਹੜਾ ਸੀਨਾ ਚੀਰ ਵੇਖੇ ਤੇਰੇ ਬਾਦ ਸਾਹਿਬੇ ਕਮਾਲ ਸਾਈ ਚਾਚੀ ਤੜਫਦਾ ਮਰ ਯਾਸਰ ਫਕੀਰ ਤੇਰਾ ਚੱਕਰ ਤੈਨੂੰ ਅੱਜ ਦਿੱਤਾ ਹੀ ਡਾਲ ਸਾਈ ਇਸ ਨਾਲ ਹੀ ਮੈਂ ਖਤਮ ਕਰਨਾ ਜਨਾਬ ਖਾਮੋਸ਼ੀ ਜ਼ਰਾ ਰਾਜਾ ਅਫਜ਼ਲ ਸਾਹਿਬ ਸਟੇਜ ਉੱਪਰ ਤਸ਼ਰੀਫ ਲੈ ਆਵਣ ਤਾਂ ਕਿ ਪ੍ਰੋਗਰਾਮ ਨਾ ਬਾਕਾਇਦਾ ਆਗਾਜ਼ ਕੀਤਾ ਜਾਏ ਮਹਿਫਲੀ ਸ਼ਰਫਾਨੀ ਨਾਲ ਇਹ ਦੋਸਤ ਵੀ ਕਿ ਕੁਝ ਬਾਹਰ ਨਜ਼ਰ ਅਸ਼ਰੇ ਪਏ ਇਹਨਾਂ ਅੱਗੇ ਦਰਖਾਸਤ ਸੀ ਕਿ ਅੰਦਰ ਤਸ਼ਰੀਫ ਲਾਓ ਔਰ ਆਰਾਮ ਨਾਲ ਤਸ਼ਰੀਫ ਰੱਖੋ ਤੁਸੀਂ ਵੀ ਦੋਸਤ ਸਾਰੇ ਭੇਜੋ ਮਿਹਰਬਾਨੀ ਹੋਰ ਮੇਰਾ ਖਿਆਲ ਆਵਾਜ਼ ਚੱਲ ਗਿਆ ਸੀ ਤਾਂ ਜਿਤਨੀ ਕੁਝ ਜਾਣਨਾ ਬੰਦਾ ਇਤਨੀ ਕੁਝ ਪਾਉਣਾ ਦੂਈ ਬਾਤ ਕਿ ਇਲਮ ਕੀ ਅਦਬ ਨਾਲ ਪੇਸ਼ ਕਰਨਾ ਇੱਕ ਫਨ ਦੇ ਲਿਹਾਜ਼ ਵਿੱਚ ਹੋਣਾ ਕੋਈ ਘੱਟ ਜਾਣਨਾ ਕੋਈ ਵੱਧ ਜਾਣਨਾ ਇਹ ਕੋਈ ਜਿਤਨੀ ਕੁਛ ਨਹੀਂ ਮਿਹਨਤ ਵੈ ਅਤਲ ਮਕਦੂਰ ਕੋਸ਼ਿਸ਼ ਕਰਸਾਂ ਬਹੁ ਬਹੁ ਦੂਰੋਂ ਆਏ ਹੋ ਬੜੀਆਂ ਚਾਹਤਾਂ ਨਾਲ ਆਏ ਹੋ ਬੜੇ ਪਿਆਰ ਨਾਲ ਆਏ ਹੋ ਤਾਂ ਤੁਸਾਂ ਕੀ ਅਸਾਂ ਵੀ ਪਿਆਰ ਦਾ ਖੁਸ਼ ਅਸਲੂਬੀ ਨਾਲ ਸ਼ੋਭਾ ਸੁਣਾਈਏ ਕਿਸੇ ਨੇ ਦਿਲ ਆਜ਼ਾਰੀ ਨਾ ਵੈ ਤਾਂ ਮੈਂ ਹੁਣ ਬਹੁ ਲੰਮੀਆਂ ਚੌੜੀਆਂ ਗੱਲਾਂ ਨਾ ਕਰਨਾ ਭਾਈ ਉਰੇ ਆਖਣਾ ਕੋਈ ਜ਼ਾਰੇ ਖਿਆਲ ਕਰਨੇ ਕਰਨ ਤੋਂ ਉਸ ਬਾਅਦ ਸਾਹ ਸ਼ੁਰੂ ਕਰਨੇ ਆ ਸਭ ਤੋਂ ਪਹਿਲੇ ਇਹ ਸਾਰੇ ਜਿਹੜੇ ਭਰਾ ਅੱਜ ਪ੍ਰੋਗਰਾਮ ਵਿੱਚ ਆਏ ਨੇ ਸਾਈ ਸਾਹਿਬ ਨਾਲ ਇਹ ਪ੍ਰੋਗਰਾਮ ਦਾ ਸਾਈ ਸਾਹਿਬ ਦੇਨ ਸਾਹਿਬ ਨਾਲ ਤੇ ਸਭ ਤੋਂ ਪਹਿਲੇ ਮੇਰੀ ਤਰਫ ਸਾਰੇ ਇਸਲਾਮ ਵਾਲੇ ਨੂੰ ਮਕਬੂਲ ਹੋਵੇ ਉਸ ਤੋਂ ਬਾਅਦ ਇਹ ਮਿਹਰਬਾਨੀ ਕਰ ਸਕੋ ਕਿ ਇਹ ਇੱਕ ਸ਼ਰੀਫਾਨਾ ਤੌਰ ਦੀ ਮਹਿਫਲ ਹੈ ਨਾ ਇਹ ਗੁੰਡਾਗਰਦੀ ਇੱਥੇ ਹੋਣਗੀ ਤੇ ਨਾ ਕੋਈ ਇੱਥੇ ਫਾਇਰਿੰਗ ਜਾਂ ਹੋਟਿੰਗ ਦੀ ਜ਼ਰੂਰਤ ਹੈ ਇਹ ਅਗਰ ਜਿਹੜਾ ਬੰਦਾ ਕਰਸੀ ਉਹ ਅਗਰ ਫਿਰ ਬਾਅਦ ਵਿੱਚ ਨਰਾਜ਼ਗੀ ਕਰੇ ਉਹਦੀ ਆਪਣੀ ਮਰਜ਼ੀ ਰਹੇ ਅਸਾਂ ਦੀ ਤਰਫ ਕਿਸੇ ਇਹ ਚਾਹ ਸਕ ਨਾ ਕਿਸੇ ਕੀ ਕੋਈ ਬੰਦਾ ਚੰਗਾ ਆਖਿਆ ਜਾਵੇ ਇਹ ਭਰਾ ਸਾਰਿਆਂ ਦੀ ਮਿਹਰਬਾਨੀ ਹੈ ਬਾਬਾ ਕੀ ਜਨਾਬ ਮੈਂ ਇਜਾਜ਼ਤ ਦੇਣਾ ਆਪਣਾ ਪ੍ਰੋਗਰਾਮ ਜਾਰੀ ਕਰੋ ਨਹਮਦੁ ਨਸਲਿਲਾ ਰਸੂਲਿਲ ਕਰੀਮ ਅਮਾ ਬਾਦ ਫਾਊਜ਼ ਬਿੱਲਾਹਿ ਮਿਨ ਸ਼ੈਤਾਨਿਰ ਰਜੀਮ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਮੇਰੇ ਵਾਜਬੁਲ ਦੋਸਤੋ ਵਾਜਬੁਲ ਕਦਰ ਦੋਸਤੋ ਅਜ਼ੀਜ਼ੋ ਭਰਾਓ ਬਜ਼ੁਰਗੋ ਅਸਲਾਮ ਅਲੈਕੁਮ ਗੁਜ਼ਾਰਿਸ਼ ਹੈ ਕਿ ਖਿੱਤਾ ਏ ਪਟਵਾਰੇ 'ਚ ਸਾਡੀਆਂ ਇਹ ਅਦਬੀ ਮਹਿਫਲਾਂ ਆਉਣੀਆਂ ਨਕਦ ਆਉਣੀਆਂ ਰਹਿਣੀਆਂ ਔਰ ਇਹਨਾਂ ਵਿੱਚ ਲੋਕ ਬਾਕਾਇਦਗੀ ਨਾਲ ਬੜੀ ਦਿਲਚਸਪੀ ਨਾਲ ਬੜੇ ਹੁਬ ਨਾਲ ਬੜੇ ਇਸ਼ਕ ਨਾਲ ਬੜੇ ਪਿਆਰ ਨਾਲ ਉਹ ਬੜੇ ਦੂਰ ਦੂਰ ਤੋਂ ਆਉਣੇ ਅਸਾਂ ਵੀ ਇਸ ਚੀਜ਼ ਨੇ ਮਮਨੂਨ ਆ ਕਿ ਅਸਾਂਗੀ ਇਹ ਸ਼ਰਫ ਹਾਸਲ ਹੋਇਆ ਕਿ ਅੱਜ ਤੁਹਾਡੇ ਸਾਹਮਣੇ ਇਹ ਅਕੀਰ ਆਦਮੀ ਖੜਾ ਹੈ ਇਹ ਗੱਲ ਆਪਣੀ ਜਗ੍ਹਾ ਤੇ ਬਜਾਇ ਕਿ
ਕਿ ਇਲਮ ਓ ਅਦਬ ਇੱਕ ਬੇਕਰਾਂ ਸਮੁੰਦਰ ਹੈ ਜਿਸ ਨਾਲ ਕੋਈ ਕਿਨਾਰਾ ਨਹੀਂ ਹੈ ਔਰ ਇਸ ਵਿੱਚ ਕੋਈ ਮੁਕਾਬਲਾ ਨਹੀਂ। ਲੇਕਿਨ ਇੱਕ ਚੀਜ਼ ਜ਼ਰੂਰ ਇਸਨੇ ਵਿੱਚ ਹੈ, ਉਹ ਇਨਸਾਨ ਨੇ ਆਪਣੀ ਸੋਚ, ਫਿਕਰ, ਅਕਲ, ਸ਼ਊਰ ਔਰ ਇਸਨੇ ਵਿੱਚ ਵੀ ਫਰਕ ਪਾਇਆ ਜਾਣਾ ਔਰ ਉਸ ਫਰਕ ਕੀ ਜਾਂ ਉਸ ਡਿਫਰੈਂਸ ਕੀ ਕਲੋਜ ਕਰਨਾ, ਉਸਕੀ ਬਹਾਲ ਰੱਖਣਾ, ਉਸਕੀ ਬਾਹਵੀ ਰਬਤ ਦੇਣਾ, ਇਹ ਇਨਸਾਨ ਨੇ ਆਪਣੇ ਇਖਤਿਆਰ ਔਰ ਉਸਨੇ ਬਸ ਨੇ ਵਿੱਚ ਗੱਲ ਆਉਣੀ। ਅਤੇ ਗੁਜ਼ਾਰਿਸ਼ ਹੈ ਕਿ ਤੁਸਾਂ ਜਿਸ ਹੁਬ ਨਾਲ ਆਏ ਹੋ ਅਸਾਂ ਵੀ ਉਸ ਹੁਬ ਨਾਲ ਇਨਸ਼ਾਅੱਲਾ ਤਾਲਾ ਤੁਸਾਂ ਕੀ ਜੋ ਕੁਝ ਵੀ ਅਸੀਂ ਜਾਣਦੇ ਹਾਂ ਉਹ ਪੇਸ਼ ਕਰ ਸਾਂ ਅਤੇ ਗੌਰ ਨਾਲ, ਸੋਚ ਫਿਕਰ ਨਾਲ ਇਸ ਗੱਲ ਕੀ ਔਰ ਇਸ ਮਹਿਫਲ ਕੀ ਸੁਣਿਆ। ਬੜੀ ਮਿਹਰਬਾਨੀ।
ਥੋੜੇ ਜਿਹੇ ਮਾੜੇ ਗੱਲਾਂ ਵਾਲੇ ਪਾਸਾ ਮੁਤਵਜੋ ਹੋ ਸੋ। ਮੈਂ ਇਸ ਸਟੇਜ ਨੇ ਥੱਲੇ ਯਾਨੀ ਕਿ ਇਸ ਨੀਲੇ ਆਸਮਾਨ ਨੇ ਥੱਲੇ ਖਲੀ ਗਿਆ ਹੈ ਔਰ ਸਰਕਾਰ ਦੀ ਹਾਜ਼ਰੀ ਵਿੱਚ ਸ਼ਾਮਿਲ ਹੋਈ ਗਿਆ। ਜੋ ਕੁਝ ਬਾਸਾਂ ਉਹ ਬਿਲਕੁਲ ਸੱਚ ਬਾਸਾਂ। ਮੁਨਾਫਕਤ ਰੱਖੀ ਦਿਲਾਂ ਚ ਕਦਾ ਗੱਲ ਨਾ ਕਰ ਸਾਂ। ਪਹਿਲੀ ਬਾਤ ਇਸਨੇ ਬਗੌਰ ਰੱਖਿਆ ਹੈ। ਕਾਫੀ ਦਿਨ ਪਹਿਲਾਂ ਇਹ ਆਣੇ ਉਹਨੇ ਨਾ ਸੱਸਾ 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 ਆਣੇ ਕੋਲੋਂ ਸੱਪਾ ਸਿੱਧਾ ਬੰਦਾ ਕੀ ਸਟਾ ਉਹ ਚੰਗਾ ਰਹਿਣਾ। ਕਾਫੀ ਦਿਨ ਪਹਿਲਾਂ ਬੰਦੇ ਵਾਲੀਆਂ ਚੇਮੇ ਗੋਈਆਂ ਮਾੜੇ ਕੰਨੇ ਵਿੱਚ ਪਈਆਂ। ਉਹ ਰਾਜਾ ਜੀ ਮੁਕਾਬਲਾ ਜੀ, ਉਹ ਜੀ ਤੁਸਾਂ ਉਹਨਾਂ ਦੇ ਕੁਰੈਸ਼ੀ ਹੋਰਾਂ ਨਾਲ ਮੁਕਾਬਲਾ ਜੀ। ਮੈਂ ਕਿਹਾ ਕਿਹੜਾ ਮੁਕਾਬਲਾ ਯਾਰਾ, ਸ਼ੇਰਾਂ ਨੇ ਇਹਨਾਂ ਨੂੰ ਕਿਹਾ ਮੁਕਾਬਲਾ ਹੋਣਾ। ਹਾਂ ਸ਼ੇਰ ਜ਼ਰੂਰ ਹੈ ਰਾਤ ਦੀ, ਮੁਕਾਬਲੇ ਨਾਲ ਤੁਸਾਂ ਕੀ ਪਤਾ ਉਸੀ ਉਸਦੇ ਬਾਰੇ ਮੀ ਇਲਮ ਨਹੀਂ। ਮੈਂ ਕਿਹਾ ਇੱਕ ਗੱਲ ਕੀਤੀ ਸੀ ਕਿ ਇਲਮ ਅਦਬ ਵਿੱਚ ਕੋਈ ਮੁਕਾਬਲਾ ਨਹੀਂ ਹੋਣਾ, ਫਨ ਵਿੱਚ ਘਾਟੇ ਵਾਧੇ ਹੋਣੇ ਰਹਿਣੇ। ਥੋੜੀ ਜਿਹੀ ਸੰਜੀਦਗੀ ਨਾਲ ਇਹ ਗੱਲਾਂ ਸੁਣ ਸੋ। ਅਸਲ ਸੱਚੀ ਬਾਤ ਇਹ ਹੈ ਕਿ ਇਸ ਤੋਂ ਪਹਿਲਾਂ ਕੋਈ ਦੋ ਚਾਰ ਪ੍ਰੋਗਰਾਮ ਮੈਂ ਕੋਸ਼ਿਸ਼ ਕੀਤੀ ਇਗਨੋਰ ਰਹਿਣ, ਇਹਨਾਂ ਲੰਮਿਆਂ ਕੰਮਾਂ ਵਿੱਚ ਉਲਝਣਾ ਨਹੀਂ ਚਾਹੀਦਾ। ਬਾਜ਼ ਦਫ਼ਾ ਇਹ ਵੀ ਹੋਣਾ ਕਿ ਅਦਬ ਵਿੱਚੋਂ ਬੰਦਾ ਬੇਅਦਬਾ ਹੋਣਾ ਸ਼ੁਰੂ ਹੋ ਜਾਣਾ। ਤਾਂ ਜਿਸ ਵੇਲੇ ਅਦਬ ਵਾਲੇ ਲੋਕ ਬੇਅਦਬੀ ਹੋਈ ਗਏ ਚੰਦ, ਫਿਰ ਪਿੱਛਾ ਕਰ ਰਿਹਾ, ਨਿਜ਼ਾਮ ਤਬਦੀਲ ਹੋ ਜਾਣਾ। ਲੇਕਿਨ ਇਹ ਜਿਤਨੀ ਆਵਾਮ ਇਕੱਠੀ ਹੋਈ ਨਾ, ਇਹ ਆਜ਼ਾਦ ਕਸ਼ਮੀਰ ਤੂੰ ਕਿਹੜੀ ਤਿੱਥੇ ਜੇ ਖਾਲੀ ਸ਼ੇਰ ਸੁਣਨੀ ਆਏ ਇੱਥੇ। ਮੈਂ ਵੀ ਸਾਲੋ ਸਾਲ ਪ੍ਰੋਗਰਾਮ ਕਈ ਕਰੀ ਗਏ ਹਾਂ, ਤਾਂ ਕੋਈ ਸੱਚੀ ਬੋਲਣ ਲਗਾਉਣਾ। ਮੈਂ ਵੀ ਸਾਲ ਕਿਤਨੇ ਹੋਏ ਤਾਂ ਸਰਕਾਰ ਨੇ ਹਾਜ਼ਰੀ ਦਿੱਤੀ ਹੈ, ਪਿਛਲਾ ਸਾਲ ਨਹੀਂ ਦਿੱਤਾ। ਇਹ ਜਿਤਨੀ ਆਈ, ਇਹ ਮੁਕਾਬਲਾ ਤਕੜੇ ਵਾਸਤੇ ਆਈ ਵੀ, ਹੋਰ ਮੁਕਾਬਲੇ ਨੇ ਹੀ ਰੌਲਾ ਬੁਝਿਆ ਜਿੱਧਰ ਗੇਰਤ ਹੈ। ਹਾਲਾ ਜੀ ਇਹ ਹੀ ਹੈ ਉਸੀ ਜੀ। ਉਹ ਮੈਂ ਅੱਗੇ ਅਰਜ਼ ਕੀਤੀ, ਫਿਰ ਵੀ ਇਹ ਰਿਪੀਟ ਕਰਨਾ ਪਿਆ, ਬਈ ਅਦਬ ਉਹ ਇਲਮ ਵਿੱਚ ਕੋਈ ਮੁਕਾਬਲਾ ਨਹੀਂ ਹੋਣਾ, ਫਨ ਵਿੱਚ ਬਾਰਾ ਸਭ ਕੁਝ ਹੋਣਾ। ਅੱਜ ਫਨੀ ਮੁਕਾਬਲਾ ਚਲੋ ਸਮਝੀ ਕਰੋ, ਜੇ ਇਹ ਗੱਲ ਹੈ ਨਾ ਤਾਂ ਫਨੀ ਮੁਕਾਬਲਾ ਸਮਝੀ ਕਰੋ। ਫਨੀ ਮੁਕਾਬਲਾ ਸਮਝੀ ਕਰੋ ਤਾਂ ਬੇਜ਼ਾਰ ਬਿਲਕੁਲ ਨਾ ਹੈ। ਅੱਜ ਬਹੁਤ ਕੁਝ ਤੁਸੀਂ ਸੁਣਾਸਾਂ, ਆਪਣਾ ਆਪਣਾ ਫਲ ਵੀ ਦੱਸਾਂ। ਮੁਕਾਬਲਾ ਤਾਂ ਹੀ ਸੀ ਜੇ ਆਪਣਾ ਆਪਣਾ ਫਲ ਦੱਸਾਂ, ਤਾਂ ਉਸ ਫਲ ਕੀ ਮੱਦੇ ਨਜ਼ਰ ਰੱਖੀ ਤਾਂ ਕੋ ਜਿਹੜੀ ਵੀ ਮਹਿਫਲ ਇਬਤਦਾ ਹੋਣੀ ਉਹ ਅੱਲਾ ਤੁਸਨੇ ਨਬੀ ਨੇ ਨਾਏ ਤੋਂ ਹੋਣੀ, ਇਸ ਤੋਂ ਇਲਾਵਾ ਤਾਂ ਨਹੀਂ ਨਾ ਹੋਣੀ। ਤਾਂ ਲਿਹਾਜ਼ਾ ਮੈਂ ਅੱਜ ਇਸ ਫਨ ਦੀ ਇਬਤਦਾ ਪਹਿਲੂ ਆ ਕੇ ਖੜੀ ਸ਼ਰੀਫ ਨੇ ਬੋਲ ਤੂੰ ਕਰਨ ਲਗਾਇਆ। ਸਰਕਾਰ ਫਰਮਾਣੇ ਕੁਦਰਤ ਥੀ ਜਿਸ ਉਹ ਬਾਲ ਬਣਾਏ, ਤੇ ਜਗ ਸੰਸਾਰ ਤਮਾਮੀ ਰੰਗ ਬਰੰਗੀ ਬੂਟੇ ਲਾਏ, ਕੁਝ ਪਾਸੇ ਕੁਝ ਆਮੀ ਰੰਗ ਬਰੰਗੀ ਕੁਝ ਪਾਸੇ ਕੁਝ ਆਮੀ। ਏ ਸੁਫੀ ਲਓ ਮੇਰੇ ਜਨਾਬ, ਗੁਜ਼ਾਰਿਸ਼ ਹੈ
ਭਾਈ ਜਿਤਨੇ ਲੋਕ ਤੁਸੀਂ ਭਰਾ ਇੱਥੇ ਹਾਜ਼ਰ ਹੋਏ ਹੋ ਤੇ ਸ਼ੇਰ ਸੁਣਨ ਵਾਸਤੇ ਇੱਥੇ ਹਾਜ਼ਰ ਹੋਏ ਹੋ, ਇਹ ਮਹਿਫਲ ਸ਼ੇਰਖਾਨੀ ਨਾ ਆਗਾਜ਼ ਹੈ। ਉਹ ਇਸ ਤਰ੍ਹਾਂ ਹੈ ਕਿ ਜਿੱਥੇ ਤੱਕ ਫਨਕਾਰੀ ਨਾਲ ਤਲਕ ਹੈ ਤੇ ਉਹ ਰਾਜ ਸਾਹਿਬ ਸਰਕਾਰ ਕੀ ਟਾਈਮ ਦਿੱਤਾ ਗਿਆ ਸੀ ਤੇ ਆਪਣੀ ਫਨਕਾਰੀ ਤੇ ਜ਼ਾਹਿਰ ਕਰਨੇ ਰਹਿ ਸਨ, ਰਾਤ ਪੂਰੀ ਪਈ। ਇਹ ਮਹਿਫਲ ਸ਼ੇਰਖਾਨੀ ਹੈ ਤੇ ਇਸ ਨਾਲ ਆਗਾਜ਼ ਸ਼ੇਰ ਤੋਂ ਆਉਣਾ ਹੀ ਚਾਹੀਦਾ। ਔਰ ਜਿਹੜਾ ਅਸਾਂ ਇਹ ਰੁਪਾਈ ਅਸਾਂ ਪੜ੍ਹਨੇ ਆ ਇਸਨੇ ਤੂੰ ਇਬਤਦਾ ਇਸ ਨਹੀਂ ਹੋਣੀ ਚਾਹੀਦੀ। ਗੱਲਾਂ ਸਾਰੀਆਂ ਸੁਣਿਆ ਕਰੋ ਤੇ ਵਿੱਚ ਰੌਲਾ ਨਾ ਪਾਇਆ ਕਰੋ। ਜੀਓ ਜੀਓ, ਇਹ ਕੋਈ ਮਤਲਬ ਹੈ ਦਾਤ ਨਾ ਕੋਈ ਤਰੀਕਾ ਨਹੀਂ, ਭਾਵੇਂ ਮਾੜੇ ਸੰਗੀ ਹੈ ਜਾਂ ਇਹਨਾਂ ਨੇ ਵੀ। ਅਸਲ ਇਹ ਆ ਕਿ ਤੁਸੀਂ ਸੁਣੀਏ ਰੋਹਿਤ ਬੈਠੇ ਹੋ ਤੇ ਤੁਸੀਂ ਸੁਣੋ, ਜਿਸ ਵਾਲਾ ਦਾਤ ਦਾ ਹੱਕ ਬਣਾ ਬਿਲਕੁਲ ਦਿਓ, ਤੁਸੀਂ ਹੱਕ ਬਣਨਾ ਦਾਤ, ਤੂੰ ਬਗੈਰ ਮਹਿਫਲ ਬੇਦਾਤ ਹੋਣੀ। ਇਹਨਾਂ ਦੀ ਗੱਲ ਤੋਂ ਵੀ ਇਹ ਸਾਬਤ ਹੋਇਆ ਇੱਕ ਕਿ ਜੀ ਮਹਿਫਲ ਸ਼ੇਰਖਾਨੀ ਆ ਤਾਂ ਰਾਜਾ ਆਬਦ 20 ਸਾਲ ਹੋ ਗਏ ਸ਼ੇਰ ਬੋਲਣਾ ਪਿਆ ਨਾ, ਕੋਈ ਨਹੀਂ ਬੋਲਣਾ ਜਾਣਨਾ ਜਾਂ ਨਹੀਂ ਬੋਲਣ ਵਾਸਤੇ ਆਇਆ ਅੱਜ ਖਾਮੋਸ਼। ਮੈਂ ਅਰਜ਼ ਕਰਨਾ ਬਈ 20 ਸਾਲ ਹੋ ਗਏ ਯਾਦ ਰਾਜੇ ਆਬਦ ਕੀਚਾ ਜਿਹੀ ਸ਼ੇਰ ਬੋਲੇ ਨਾ ਤਾਂ ਖੋਰਾ ਉਹ ਤਿਲਕਣਾ ਪਿਆ ਬਈ ਸ਼ੇਰ ਨਾ ਬੋਲੇ ਪਈ ਗੇ। ਜਿਹੜਾ ਬੰਦਾ ਕਿਸੇ ਨੇ ਮੁਕਾਬਲੇ ਵਾਸਤੇ ਜਾਣਾ ਉਸਕੀ ਇਹ ਤੱਕਣਾ ਚਾਹੀਦਾ ਕਿ ਅਗਲਾ ਬੰਦਾ ਕਿਤਨੇ ਗੁਰ ਜਾਣਨਾ। ਇਹ ਫਨਕਾਰ ਇਸ ਲੈ ਇੰਨਾ ਇਹ ਬਾਜੇ ਤਬਲੇ ਵੀ ਨਾਲ ਆਉਂਦੇ ਵੀ। ਮੈਂ ਇਹ ਚਾਹਾਂ ਕਿ ਇਹ ਪਤਾ ਲੱਗਾ ਪਹਿਲੂ ਹੈ ਜਿਸ ਬੰਦੇ ਨਾਲ ਮਿੱਕੀ ਮੁਕਾਬਲੇ ਵਾਸਤੇ ਭਾਲਨੇ ਪਏ ਫਨ ਦੇ ਮੁਕਾਬਲੇ ਵਾਸਤੇ, ਉਹ ਬੰਦਾ ਜਾਣਨਾ ਕਹਿ ਕੁਝਾ। ਮੈਂ ਇਹਨਾਂ ਦੇ ਫਜ਼ਲ ਨਾਲ ਕਲਾਸੀਕਲ ਮੌਸੀਕੀ ਵੀ ਗਾਣਾ ਜਾਣਾ ਔਰ ਇਸਲਾ ਵੀ ਕਿਸੇ ਉਸਤਾਦ ਨਾਲ ਸ਼ਾਗਿਰਦ ਹਾਂ। ਸ਼ੇਰ ਤਾਂ ਦੀਨੇ ਦੀਆਂ ਲੋਕ ਸੁਣੇ ਤੇ ਮੈਂ ਤਾਂ ਇੰਟਰਨੈਸ਼ਨਲ ਲੈਵਲ ਪਰ ਗਾਣਾ ਆ ਅੱਲਾ ਦੇ ਫਜ਼ਲ ਨਾਲ। ਤਾਂ 20 ਸਾਲ ਮਿੱਕੀ ਸ਼ੇਰ ਹੀ ਹੋਈ ਕੇ ਬੋਲੇ ਹੋ ਲੋਕ ਸੁਣਨੇ ਪਏ। ਹਾਂ ਯਾ ਕੁਰੈਸ਼ੀ ਸਾਹਿਬ ਇਹ ਗੱਲ ਆਖਣ, ਕਿਆ ਇੰਨਾ ਹੀ ਸ਼ੇਰ ਨਹੀਂ ਆਖਣੇ ਜਿਹੜਾ ਆਰਫੇ ਖੜੀ ਸ਼ਰੀਫ ਦਾ ਸਫ਼ਰ ਮਲੂਕ ਆ? ਕਿਆ ਲੋਕ ਇਹ ਨਹੀਂ ਸੁਣਨੇ? ਕਿਆ ਮੈਂ ਹਮਦ ਪੇਸ਼ ਨਹੀਂ ਕੀਤੀ? ਕੋਈ ਐਸੀ ਮਾੜੇ ਅੱਜ ਤੱਕ ਕਮੋ ਪੇਸ਼ 15 ਸਾਲ ਮਿੱਕੀ ਇਹ ਹੋਈ ਗਏ, ਯਾਨੀ ਸਫ਼ਰ ਮਲੂਕ ਨਾ ਰੰਗ ਔਰ ਇਹਨਾਂ ਸਾਜ਼ਾਂ ਨਾ ਰੰਗ ਜਿਹੜਾ ਆ ਇਸਤੇਮਾਲ ਕਰਨੇ ਹੋ, ਕੋਈ ਮਹਿਫਲ ਅੱਜ ਤੱਕ ਖਾਲੀ ਨਹੀਂ ਗਈ ਜਿਸਨੇ ਵਿੱਚ ਆਰਫੇ ਖੜੀ ਸ਼ਰੀਫ ਨਹੀਂ ਸਫ਼ਰ ਮਲੂਕ ਨਾ ਪੜੀ ਗਈ ਹੈ। ਬਾਤ ਇਹ ਹੈ ਕਿ ਇਬਤਦਾ ਕਿੱਥੋਂ ਕਰਨੀ? ਆ ਗਈ ਗੱਲ ਸ਼ੇਰਾਂ ਨੇ, ਚਲੋ ਕੁਰੈਸ਼ੀ ਹੋਣ ਦੀ ਗੱਲ ਹੈ ਤਾਂ ਸ਼ੇਰਾਂ ਤੋਂ ਪਹਿਲਾਂ ਲੋਕ ਬੈਂਤ ਬੋਲਣੇ ਹੋਏ ਸੀ, ਬਾਅਦ ਵਿੱਚ ਇਹਨਾਂ ਸ਼ੇਰਾਂ ਦੀ ਸ਼ਕਲ ਇਖਤਿਆਰ ਕੀਤੀ, ਮਾਰੋ ਬੈਂਤਾਂ ਬਰਾ ਕੇ ਬੈਂਤ ਆਪਣੇ। ਤੇ ਜੇ ਕੁਰੈਸ਼ੀ ਉਹਨਾਂ ਨੂੰ ਬੈਂਤ ਪੜਨੇ ਤੇ ਬੜੀ ਗੱਲ ਉਹ ਸੀ ਆਮ ਦੀ ਤਾਰੀਫ ਅੱਲਾ ਲਈ ਉਹ ਸੀ। ਉਸਨੂੰ ਜ਼ਿੰਦਗੀਆਂ ਵਿੱਚ ਮੁਰਦਾ ਸ਼ਮਾਰ ਸਮਝੋ ਜਿਸ ਦਿਲ ਮੈਂ ਖਾਲਸ ਮਖਲੂਕ ਵਿੱਚੋਂ ਜਿਸ ਨੂੰ ਇਸ਼ਕ ਜਿਸ ਨੂੰ
ਸਾਨੂੰ ਇਸ਼ਕ ਅਹਿਮਦ ਮੁਸਤਫਾ ਹੀ ਨਹੀਂ ਅਫਸਲ ਬਿਨਾ ਉਸਤਾਦ ਦੇ ਪੀਰ ਦਾ ਅਮਲ ਬਗੈਰ ਉਸਤਾਦ ਤੂੰ ਹੋ ਗਿਆ ਕੁਝ ਹੋਰ ਅਫਸਲ ਬਿਨਾ ਉਸਤਾਦ ਦੇ ਪੀਰ ਦਾ ਅਮਲ ਹੋਂਦਾ ਦਿਲ ਦਾ ਦਿਲ ਦਾ ਹੋਂਦਾ ਦਿਲ ਦਾ ਦਿਲ ਦਾ ਐਨਾ ਸਫਾਈ ਨਹੀਂ ਇਸ ਤੋਂ ਪਹਿਲਾਂ ਤੁਸਾਂ ਮੇਰੇ ਦੋਸਤ ਅਜ਼ੀਜ਼ ਮਹਿਫਲਾਂ ਤੋਂ ਸੁਣਨੇ ਆਇਓ ਨਾ ਸ਼ੇਰਾਨੀਆਂ ਕਦੇ ਇਹ ਜਿਹਾ ਆਗਾਜ਼ ਵੀ ਕਦੇ ਸੁਣਿਆ ਹੈ ਇਹ ਸ਼ੇਰਫਾਨੀ ਨਾਲ ਕੋਈ ਅੰਦਾਜ਼ ਨਹੀਂ ਇਹ ਸ਼ੇਰਫਾਨੀ ਨਾਲ ਕੋਈ ਆਗਾਜ਼ ਨਹੀਂ ਨਾ ਹੀ ਇਸ ਤਰ੍ਹਾਂ ਹੋਣੀ ਆਈ ਲਿਹਾਜ਼ਾ ਗੁਜ਼ਾਰਿਸ਼ ਹੈ ਕਿ ਸ਼ੇਰਫਾਨੀ ਸ਼ੇਰਾਂ 'ਚ ਹੈ ਔਰ ਉਸਕੀ ਰਬਾਈ ਨੇ ਰੰਗ ਚ ਪੇਸ਼ ਕੀਤਾ ਜਾਣਾ ਤੇ ਮੈਂ ਗੁਜ਼ਾਰਿਸ਼ ਕਰ ਸਕਾਂ ਕਿ ਪਹਿਲੂ ਇਹ ਅਰਜ਼ ਕੀਤੀ ਸੀ ਕਿ ਤੁਸਾਂ ਸ਼ੇਰ ਪੜ੍ਹਨ ਵਾਸਤੇ ਆਏ ਹੋ ਤੇ ਫਨਕਾਰੀ ਨੇ ਟਾਈਮ ਤੁਸੀਂ ਦਿੱਤਾ ਜਾ ਸੀ ਤੇ ਸ਼ੇਰ ਨਾਲ ਆਗਾਜ਼ ਕਰੋ ਸਮਝ ਆਈ ਇਹ ਵਕਤ ਡਾਂਗ ਬੰਦ ਕਰ ਬਕਵਾਸ ਨਾ ਕਰ ਮਾਰ ਸੋ ਤਫਾ ਪੁੰਗੇ ਜੀ ਪੈਸੇ ਸਿਰਫ ਸਾ ਇਹ ਨਾਲ ਨਾਰਾ ਮੈਂ ਖੁਦ ਪਹਿਲੂ ਗੱਲ ਕਰਾਇਆ ਵੇ ਕੋਈ ਬੰਦਾ ਨਾਰਾ ਨਾ ਮਾਰਿਆ ਦੇਖੋ ਜੀ ਮੈਂ ਤੁਸਾਂ ਕਿਹਾ
ਬਾਪੂ ਦੀ ਗੁਜ਼ਾਰਿਸ਼ ਪਹਿਲਾਂ ਇਹ ਆ ਕੀਤੀ ਬਈ ਚਾਹੇ ਮਾੜੇ ਸੰਗੀ ਹੋ ਤੇ ਚਾਹੇ ਇਹਨਾਂ ਕੀ ਚਾਣੇ ਵਾਲੇ ਹੋ, ਕੋਈ ਵੀ ਕਿਸੇ ਚਾਣੇ ਵਾਲੇ ਹੋ, ਤਾਂ ਥੋੜਾ ਜਿਹਾ ਨਾਰਿਆ ਤੂੰ ਗੁਰੇਜ਼ ਕਰੋ, ਮੈਂ ਤੁਸੀਂ ਪਹਿਲੂ ਵੀ ਗੱਲ ਆ ਗਈ ਤਾਂ ਹੁਣ ਇੰਤਜ਼ਾਮੀਆ ਦੀ ਤਰਫੋਂ ਆ ਵੀ ਤੁਸੀਂ ਥੋੜੀ ਦੇਰ ਪੁੱਜੋ ਤੇ ਥੇਰਾ ਸਾ ਬਾਣੇ ਕਾ ਪਿਆ। ਭਾਈ ਦੋਸਤੋ ਅੱਗੇ ਵੀ ਗੁਜ਼ਾਰਿਸ਼ ਕੀਤੀ ਸੀ, ਗੱਲ ਸੁਣੀ ਤੈ, ਇੱਕ ਸੈਕਿੰਡ ਦੀ ਗੱਲ ਸੁਣੋ, ਗੱਲ ਸੁਣੋ, ਗੱਲ ਸੁਣੋ, ਦੋਸਤਾਂ ਕਹਿ ਕੇ ਵੀ ਗੁਜ਼ਾਰਿਸ਼ ਕੀਤੀ ਸੀ ਕਿ ਤੁਸੀਂ ਤਾਮਲ ਕਰ ਸਕਦੇ ਪ੍ਰੋਗਰਾਮ ਹੋ ਸੀ, ਪਹਿਲੇ ਵੀ ਦੱਸਿਆ ਤਾਂ ਕਿ ਨਾਰਾਬਾਜ਼ੀ ਨਹੀਂ ਹੋਣਗੀ, ਲਿਹਾਜ਼ਾ ਹੁਣ ਅਗਰ ਕਿਸੇ ਵੀ ਸਿਮਤ ਨੂੰ ਕਿਸੇ ਬੰਦੇ ਨਾਰਾਬਾਜ਼ੀ ਦੀ ਕੋਸ਼ਿਸ਼ ਕੀਤੀ ਤਾਂ ਕੋਈ ਪ੍ਰੋਗਰਾਮ ਨਹੀਂ ਹੋਣਗਾ, ਖਬਰਦਾਰ ਕੋਈ ਬੰਦਾ ਤਾਂ ਨਾਰਾਬਾਜ਼ੀ ਦੀ ਕੋਸ਼ਿਸ਼ ਕਰਿਆ, ਰਿਕੁਐਸਟ ਕੀਤੀ ਅੱਗੇ ਲਓ ਸਰਕਾਰ, ਮੈਂ ਤੁਸਾਂ ਕਹਿ ਕੇ ਗੁਜ਼ਾਰਿਸ਼ ਕੀਤੀ ਬਈ ਨਾਰੇਬਾਜ਼ੀਆਂ ਨਾ ਕਰੋ, ਅਸਾਂ ਸ਼ੇਰ ਸ਼ੁਰੂ ਕਰਨ ਲੱਗੇ ਹਾਂ, ਬੋਲੇ ਅਸਾਂ ਸ਼ੇਰ ਹੀ, ਲੇਕਿਨ ਮਾੜਾ ਮਕਸਦ ਔਰ ਮਨਸ਼ੂਰ ਇਹ ਸੀ ਕਿ ਯਾਰਾ ਜਿਹੜਾ ਬੰਦਾ ਕਮ ਅਜ਼ ਕਮ ਪ੍ਰੋਗਰਾਮੇ ਵਿੱਚ ਨਾਲ ਬਹਿਣਾ ਪਿਆ ਜਾਂ ਭਾਲੇ ਹੋਵੇ, ਮੈਂ ਇਹ ਤਾਂ ਤੱਕਾਂ ਕਮ ਅਜ਼ ਕਮ ਉਹ ਫਨ ਕਿਤਨੇ ਕਹਿਣਾ ਜਾਣਨਾ, ਸਾਬਤ ਤੇ ਹੋਇਆ ਬਈ ਕੁਰੈਸ਼ੀ ਔਰ ਇਸ ਖੰਮੇ ਵੀ ਕਿੰਨੀ ਸਮਝਣੇ, ਇਹਨਾਂ ਖਾਲੀ ਸ਼ੇਰਾਂ ਨਾਲ ਰੱਟਾ ਲਾਇਆ ਵਾ, ਅਗਰ ਇਹ ਬਾਤ ਹੈ ਬਾਜਾ ਵੀ ਨਾ ਰੱਖਿਆ ਲਿਆ, ਉਹਨੇ ਬਜਾਣ ਰਾਜਾ ਆਬਦ ਅੱਲਾ ਨੇ ਫਜ਼ਲ ਨਾਲ ਬਜਾਣਾ, ਸਤਾਰ ਬਜਾਣ, ਤੇ ਜੇ ਜਾਨੀ ਨੀ ਤਿੰਨਾਂ ਨਾਲ ਤੁਹਾਡਾ ਮੁਕਾਬਲਾ ਕਰਿਆ, ਹਾਂ ਸ਼ੇਰ ਸਰਾਈ ਸਰਸਾਂ, ਸ਼ੇਰ ਸਰਾਈ ਸਰਸਾਂ, ਮੁਕਾਬਲੇ ਵਾਲੀ ਗੱਲ ਕੋਈ ਨੀ, ਹਾਂ ਤੇ ਸ਼ੇਰੇ ਪੈਰੂ ਤੁਸੀਂ ਖਾਲੀ ਸ਼ੇਰ ਤੁਸਾਂ ਖਾਲੀ ਸ਼ੇਰ ਪੜ੍ਹਨੇ ਤੇ ਸ਼ੇਰ ਪੜ੍ਹੋ, ਹਾਲਾ ਜੀ
ਕਦਮ ਵਿੱਚ ਕੈਸੋ ਸਰੂਰ ਆਵੇ
ਆਖਿਆ ਸੱਜਣਾ ਰੇ ਸੇ ਜ਼ਾਲ ਜਵਾਨ ਕਾਸ਼ ਵਿਗੜੇ ਸਾਰੇ ਗਮਾ ਪਾ ਸਾਰੇ ਗਮਾ ਪਾ ਦਾ ਨੀ ਸਾ ਸਾ ਨੀ ਦਾ ਪਾ ਮਾ ਗਾ ਰੇ ਸਾ ਸਾਰੇ ਗਮਾ ਪਾ ਪੱਕੀ ਸੁਰਤਾ ਲਾਵੇ ਸ਼ੇਰ ਸਾਰੇ ਹੀ ਤੁਸੀਂ ਬੋਲੀ ਕਹਿੰਦੇ ਹੋ ਜਿਤਨੇ ਆਏ ਟਿਊਨ ਜਾਣੇ ਕਿਉਂਕਿ ਸਾਡੀ ਸਕਾਫਤ ਤਾਂ ਬੁਨਿਆਦੀ ਸਾਰੇ ਗਮਾ ਪਾ ਪੱਕੀ ਸੁਰਤਾ ਲਾਵੇ ਤੱਕਿਆ ਉਹ ਰੱਫੜ ਰੁੰਗੜੀ ਲਾਇਆ ਸਤ ਪਰ ਜਾਤ ਕੋਈ ਫੜ ਰੁੰਗੜੀ ਲਾਇਆ ਸਰ ਪਰ ਜਾਤ ਕੋਈ ਆਏ ਨਾ ਹੀ ਟੋਪ ਚ ਉੱਚਤ ਸਵਾਲ ਆਵੇ ਆਖਿਆ ਇਲਮ ਦਾ ਅਰਥ ਐਸਾ ਸਵੇ ਇਲਮ ਦਾ ਅਰਥ ਐਸਾ ਸਵੇ ਉਹ ਐ ਨਿਸ਼ਾਨ ਅਲਾਮਤ ਪਹਿਚਾਨ ਮਿਹਰਬਾਨੀ ਕਰ ਸਕਦਾ ਫਿਕਰ ਤੇ ਕਾਬਜ਼ ਦਵਾ ਗਿਆ ਦਰ ਵਰਨਾ ਮੁਸ਼ਕਲ ਵੀ ਏ ਤੇ ਆਸਾਨ ਵੀ ਏ ਤੇ ਫਿਰ ਕੀ ਹੈ ਉਹ ਅਲੀ ਬਾ ਕਲੰਦਰ ਤਕਸੀਮ ਇਬਾਦਤ ਇਹ ਹੈ ਹਕਮਤ ਦੀ ਰੱਬੇ ਰਹਿਮਾਨ ਸਾਜ਼ ਤਾਂ ਸਾਡੇ ਥੋੜੇ ਜਿਹੇ ਲਾਹਦਾ ਬਜਨੇ ਕਿਉਂਕਿ ਇਹਨਾਂ ਹਾਰਮੋਨੀਅਮ ਦੀਆਂ ਟਿਊਨਾਂ ਨਹੀਂ ਮਿਲੀਆਂ ਪਈਆਂ ਤਾਂ ਸ਼ੇਰ ਕੋਸ਼ਿਸ਼ ਕਰਿਆ ਵੀ ਸਾਡੇ ਬਿਜਲੀ ਤਾਂ ਸੁਣੋ ਇਹ ਵੀ ਨਾ ਲਾਹਦਾ ਲਾਹਦਾ ਹੀ ਬਣੇ ਪਿਆ ਪਈਆਂ ਜਿਸ ਤਰ੍ਹਾਂ ਇਹਨਾਂ ਭਾਈ ਹੋਰਾਂ ਸ਼ੇਰ ਪੜਿਆ ਅਲਿਫ ਬਾ ਤੋਹੀਦ ਵਾਦਤ
ਇੱਕ ਗੱਲ ਜ਼ਹਿਨ ਵਿੱਚ ਰੱਖਿਆ ਹੈ ਬਈ, ਇਸ ਅਲਫਾ ਨੇ ਪਿੱਛਾ ਵੀ ਕੋਈ ਗੱਲ ਸੀ ਜਿੱਥੋਂ ਮੈਂ ਸ਼ੁਰੂ ਕਰ ਲੈਣਾ। ਅਲਫ ਤੋਂ ਪਹਿਲਾਂ ਵੀ ਇੱਕ ਗੱਲ ਸੀ ਜਿੱਥੋਂ ਅਲਫ ਜ਼ਾਹਿਰ ਹੋਇਆ, ਉਹ ਗੱਲ ਕਿਹੜੀ ਸੀ? ਨੁਕਤਾ ਸਮਝ ਲੈ, ਨੁਕਤੇ ਵਿੱਚ ਰਾਜ਼ ਮੇਰਾ। ਇੱਕ ਟਿੱਕ ਸੀ, ਉਹ ਜ਼ਹਿਰ ਹੋਣਾ ਹੋਇਆ, ਉਹ ਜਿਹੜਾ ਨੁਕਤਾ ਆ ਉਹ ਬਣਨਾ ਸ਼ੁਰੂ ਹੋਇਆ, ਉਹ ਫੈਲਿਆ। ਜਿਸ ਵੇਲੇ ਉਹ ਫੈਲਿਆ, ਉਸ ਵੇਲੇ ਅਲਫ ਬਣ ਗਿਆ। ਆਵਾਜ਼ ਆਈ, ਨੁਕਤਾ ਸਮਝ ਲੈ, ਨੁਕਤੇ ਵਿੱਚ ਰਾਜ਼ ਮੇਰਾ। ਕੌਣ ਗੱਲ ਕਹਿਣਾ ਪਿਆ? ਮੈਂ ਨਾ ਆਖੀ ਸਕਣਾ, ਮੈਂ ਬੇਨੁਕਤ ਵੀ ਆ, ਨੁਕਤਾ ਕਾਲ ਵੀ ਆ। ਅਲਿਫ ਤੋਂ ਪਹਿਲੇ ਔਰ ਇਸਨੇ ਪਿੱਛਾ ਵੀ ਕੋਈ ਗੱਲ ਸੀ, ਜੋ ਕੁਛ ਵੀ ਹੈ ਇਸਨੇ ਤੋਂ ਬਾਅਦ ਹੈ, ਜੋ ਨੁਕਤਾ ਹੈ ਇਸਨੇ ਤੋਂ ਬਾਅਦ ਹੈ। ਅਲਿਫ ਨਾਲ ਨਾ ਨੁਕਤਾ ਸ਼ਰੀਕ ਕੋਈ, ਅਲਿਫ ਨਾਲ ਨਾ ਨੁਕਤਾ ਸ਼ਰੀਕ ਕੋਈ, ਤੇ ਮੁਕੱਦਮ ਦੀ ਅਰਬੀਏ ਬਾਈ
جناب گل بڑی قابل غور قابل توجہ با ساتھ نہ وے لے وے ساتھی الفو کوسے کلا فناو بکائی تے تے پھر او بات نہیں کر سکیا لی انور الف آ گیا تار پی لائے لال جا اے بھائی رات نہیں فیصلہ چاہیے تھا بھائی الفا تو پیچھا کوئی گل نہیں سی اے اپنی فیصلہ وہ بندہ دینا ویسے تو بندہ یہ گل کہہ سکنا جی میرے علم وچ نہیں ہے اگر ہوئی تو سی اے بندہ اتمی فیصلہ ہو دینا جس کی علم پر پورا عبور حاصل ہوئے تو جس کسے لکھیا اس زہرہ کوئی تحقیق کری تے لکھیا نیوہ اتنی نہیں ٹھوکی چٹیا بھائی میں بے نکت بھی ہاں نکتہ دان بھی ہاں جے اللہ تو پہلا کچھ نہیں پھر ایک الگ لی کیوں ہے کیڑی نکتہ پھیلے آتے اللہ لام اندر لکھڑے آلے نا میٹر کم کرنا سا پیا اسے لائے اور اس نے ثبوت ماڑے کول موجود اسا لے بھی ہے جو کچھ میں بڑا پیا اللہ نے فضل نال جڑا بندہ اٹھ سی تحریر دساں کتاباں نے نام ہی دساں پر اے غذا ہے روحانی اے کلمی کتابی نہیں نقطہ پھیلیا تے الف لام اندر کون کہنا پیا کہنا لا کہنا پیا اس نے طرفوں یہ آواز آئی کہ نقطہ پھیلیا تے الف لام اندر میرا نام اللہ ہویا ظاہر اللہ نقطہ پھیلیا تے الف لام اندر میرا نام اللہ ہویا ظاہر اللہ پھر کیا ہویا بھائی قبل حرف الفاظ سان گنج نبی پر زہر کس طرح ہویا جامع پین الف آیا باہر اللہ الف نے تو جامع کیتا گیا پھر اس الف دا لام محبوب میرا اس الف دا لام محبوب میرا فے فرق جو بھی جانے ماہر اللہ بندے نے تو وسا دینی نہ یہ گل تو پھر او میں ایک خالق تمام مخلوق الفی ہر گل دلیل نال واضح کیتی جانی بھائی جس وقت انسان بحیثیت مسلمان اے اقرار کر چکنا امن تو بلائے ایمان لے آنا
ਜੇ ਫਿਰ ਇਸ ਚੀਜ਼ ਨੀ ਤਾਂ ਕੀ ਖਬਰ ਚਲਾ ਜਾਏ ਕਿ ਲਫ਼ਜ਼ ਪਹਿਲੂ ਕੈਸਾ ਤਾਂ ਉਹ ਇਮਾਨ ਕਿਧਰ ਗਿਆ ਫਿਰ ਯਕੀਨਨ ਨਾ ਉਸ ਬਿਲਾ ਉਸ ਸ਼ਾਹ ਦੇ ਕੁਛ ਸੀ ਕਿ ਅੱਲਾ ਕਿਸ ਤਰ੍ਹਾਂ ਮਾਰਦੇ ਵਜੂਦ ਚ ਆਇਆ ਨਾ ਉਸ ਬਿਲਾ ਤੇ ਕਿਸੇ ਬਜ਼ੁਰਗ ਨੇ ਸਾਹਮਣੇ ਇਹ ਗੱਲ ਵਾਜ਼ੇ ਹੋਈ ਕਿ ਇੱਕ ਦੋ ਤਰੇ ਚਾਰ ਤੇ ਪੰਜ ਇਹ ਦੱਸ ਸਕਣੇ ਕਿ ਇੱਕ ਸੌ ਪਹਿਲੂ ਕਿਹੜਾ ਇਨਸਾਇਆ ਕੋਈ ਇਨਸਾਨ ਨਹੀਂ ਅਗਰ ਤਾਂ ਗੱਲ ਲਫ਼ਜ਼ ਤੋਂ ਸ਼ੁਰੂ ਔਰ ਉਹ ਕਿਸ ਤਰ੍ਹਾਂ ਬਿਨ ਅਲਫ ਦੇ ਲਾਮ ਨਾ ਬਣੇ ਕਲਮਾ ਬਿਨ ਅਲਫ ਦੇ ਲਾਮ ਨਾ ਬਣੇ ਕਲਮਾ ਉਹ ਆਸੀ ਲਾਮ ਕੇ ਅਲਫ ਤਾਂ ਲਾਓਸੀ ਵਕਤ ਇਹ ਆਇਆ ਕਿ ਮੈਂ ਚਾਹਾ ਆਪਣਾ ਆਪ ਜ਼ਾਹਿਰ ਕਰੂੰ ਮੈਂ ਅੱਗੇ ਇਹ ਗੱਲ ਕੀਤੀ ਅੱਲਾਹ ਨੇ ਫਜ਼ਲ ਨਾਲ ਬਈ ਉਹ ਗੱਲ ਹਾਲੀ ਗੱਲ ਬਾਈ ਗਈ ਨਹੀਂ ਬਈ ਨਾਊਜ਼ ਬਿੱਲਾ ਜੀ ਨੁਕਤੇ ਨੀ ਜਿਹੜੀ ਗੱਲ ਕੀਤੀ ਨੇ
ਇਹ ਫਿਰ ਅੱਗੇ ਸੋਚਣ ਦਾ ਖੁਦਾ ਕਿਸ ਤਰ੍ਹਾਂ ਹੋਇਆ, ਕਿਉਂਕਿ ਇਹ ਬਾਈ ਸਕਣੇ, ਇਸ ਵਾਸਤੇ ਬਾਈ ਸਕਣੇ ਕਿ ਇਹਨਾਂ ਦੀ ਨਜ਼ਰੀ ਵਿੱਚ ਅਬੂ ਜਹਿਲ ਵੀ ਇਹਨਾਂ ਕੋਲੋਂ ਚੰਗਾ ਆ, ਅਸਲ ਧਰਾਣੇ ਸਾਰੇ ਕੋਲ ਚੰਗਾ, ਤਿੰਨ ਆ ਗਿਆ ਇਹ ਮੁਸਲਮਾਨਾਂ ਕੋਲੋਂ ਚੰਗਾ, ਜਿਹੜੇ ਇਹ ਬਾਈ ਸਕਣੇ ਆਸੇ ਗੱਲ ਨਾ ਬਣੇ। ਅਸਾਂ ਉਹ ਪਾਸਾ ਜਿਸ ਨਾਲ ਕੋਈ ਗੱਲ ਹੋ ਸੀ ਇਰਫਾਨਾ ਜੀ ਰੰਗ ਚ ਕਈ ਆਸਣ ਮਰਨੇ ਉੱਪਰ ਚਲੇ ਗਏ, ਜਿਹੜੇ ਮੌਤਾਂ ਨੇ ਸ਼ੁਰੂ ਕਰ ਦਿੱਤੇ ਨੇ। ਇਸ ਤੋਂ ਕਬਲ ਇੱਕ ਮਹਿਫਲ ਹੋਈ,
ਤੇ ਉਸ ਮਹਿਫਲ ਚ ਮੈਂ ਇੱਕ ਲਫ਼ਜ਼ ਇਸਤੇਮਾਲ ਕੀਤਾ ਕਿ ਅਬੂ ਜਾਲ ਸਾਡੇ ਕੋਲ ਸਿਆਣਾ ਸਾ। ਇਸਨੇ ਪਿੱਛੇ ਇੱਕ ਨੁਕਤਾ ਸਾ ਜਿਸ ਕੀ ਵਾਜ਼ੇ ਵੀ ਕੀਤਾ, ਸਿਆਣਾ ਹੋਣਾ ਕੋਈ ਅਰਦਾਸ ਨਹੀਂ। ਇਹ ਉਰਦੂ ਦੀ ਇੱਕ ਜ਼ਰਬੁਲ ਮਿਸਲ ਮਸ਼ਹੂਰ ਹੈ। ਇਹ ਪਠਵਾਰੀ ਵਿੱਚ ਦੱਸਣਾ ਕਿ ਕਾਂ ਬੜਾ ਸਿਆਣਾ, ਕਾਂ ਬੜਾ ਸਿਆਣਾ ਤੇ ਝੂਂਡ ਕਿੱਥੇ ਮਾਰਨਾ। ਸਿਆਣਾ ਹੋਣਾ ਕੋਈ ਇਜਾਜ਼ ਨਹੀਂ। ਇੰਦਰਾ ਗਾਂਧੀ ਨੇ ਸੀ ਸਿਆਣੀ ਜਿਸ 30 ਸਾਲ ਹਕੂਮਤ ਕੀਤੀ ਇੰਡੀਆ ਪਰ, ਉਹ ਜਾਣੀ ਸੀ ਗੱਲ ਕੀ ਸਮਝਣ। ਜੇਤ ਮੈਣਾ ਬਿਹਤਰ ਸਾ, ਸਾਡੇ ਗੁਰੂ ਅਫਜ਼ਲ ਸਾ, ਸਾਡੇ ਸੁਖਾਲਾ ਸਾ, ਸਾਡੇ ਸੁਫਾਇਕ ਸਾ, ਤੇ ਮੈਂ ਫਤਵੇ ਨਾ ਲਾਇਕ। ਸਿਆਣਾ ਹੋਣਾ ਕੋਈ ਅਜ਼ਾਜ਼ ਨਹੀਂ। ਮੈਂ ਇਹ ਪੁੱਛਣਾ ਚਾਹਣਾ ਕਿ ਅਸਾਂ ਆਰਫ ਲੋਕ ਕਿੰਨਾ ਕੀ ਆਖਦੇ ਹਾਂ, ਆਰਫ ਲੋਕ ਕਿੰਨਾ ਕੀ ਆਖਦੇ ਹਾਂ, ਬਜ਼ੁਰਗਾਂ ਕੀ, ਵਲੀਆਂ ਕੀ। ਸੂਰਾ ਏ ਬਕਰ ਹੈ, ਆਯਾਤ ਨੰਬਰ 99 ਹੈ। ਫਲੰਮਾ ਜਾ ਆਹੁਮਾ ਆਰਫੂ ਕਫਰੂ ਬਹੀ। ਆਯਤ ਮੈਂ ਪੜ੍ਹੀ ਤੇ ਤਰਜਮਾ ਰਾਜਾ ਕਰ ਸਕ ਆਪਣੇ ਟਾਈਮ ਵਿੱਚ ਵੀ ਦੱਸਣ ਕਿ ਈਸਾ ਆਇਤ ਨਾਵਲਾ ਈਸਾ ਫਲਾਨਤੁਲਾਹ ਅਲ ਕਾਫਿਰੀ ਸ਼ਾਨ ਨਜ਼ੂਲ ਮੈਂ ਬਿਆਨ ਕਰ ਸਾਂ, ਤਰਜਮਾ ਇਹ ਕਰ। ਸਿਲਸਿਲਾ ਜਾਰੀ ਅੱਲਾ ਕਿਸਮਾ ਖੱਦਦਾ ਹਰਫ ਪਹਿਲਾ, ਅੱਲਾ ਕਿਸਮਾ ਖੱਦਦਾ ਹਰਫ ਪਹਿਲਾ, ਖੁਸ਼ ਆਵਾਜ਼ ਨਿਕਲੀ ਅੱਲਾਹੁ ਅਕਬਰ। ਅਨਵਰ ਖੁਸ਼ਬੂ ਲਾਲ ਜਾ। ਵੈਸੇ ਕਦੇ ਇਹ ਨਿਜ਼ਾਮ ਨਾ ਨਹਾਉਣਾ ਤਾਂ ਮਾੜਾ ਖਿਆਲ ਆ, ਬੰਦਾ ਦਿਹਾੜੀ ਵਿੱਚ 50 ਕੂੜ ਮਾਰਿਆ। ਅਫਸੋਸ ਇਹ ਆ ਕਿ ਇਹ ਮਾਰ ਨਹੀਂ ਦੇਣੀ ਕੂੜ, ਇਹ ਜਿਹੜੀ ਵੀਡੀਓ ਤੇ ਆਡੀਓ ਹੀ ਹੈ। ਸਿਆਣਾ ਆਖਣਾ ਕੋਈ ਜੁਰਮ ਨਹੀਂ, ਕੌਣ ਆਉਣਾ ਜੁਰਮ ਆ, ਅਹਿਸਾਸ ਹੀ। ਚਲੋ ਸਿਆਣਾ ਕਿਸੇ ਅਹਿਸਾਸ ਦੇਣਾ ਕੋਈ ਸਿਆਣਾ ਕੋਈ ਬਾਤ ਨਹੀਂ, ਉਹੀ ਸਕਣਾ ਕਾ ਆਖਣਾ ਜੋ ਬੜੇ ਬੜੇ ਲੋਕ ਸਿਆਣੇ ਸੀ। ਇਹਨਾਂ ਨੇ ਲਫ਼ਜ਼ ਕਿ ਅਬੂ ਜਹਿਲ
ਅਸਾਂ ਨੇ ਅੱਜ ਕੱਲ੍ਹ ਨੇ ਮੁਸਲਮਾਨਾਂ ਕੋਲੋਂ ਸਿਆਣਾ ਆ ਜਿਸ ਕਲਮਾ ਨਹੀਂ ਪੜਿਆ। ਇਹਨਾਂ ਨੇ ਇਹ ਪੂਰੇ ਲਫ਼ਜ਼ ਜਿਹੜਾ ਨੇ ਮੈਂ ਖਾਲੀ ਆਖਿਆ ਸਾ ਸਿਆਣਾ ਆ ਸਾਡੇ ਮੁਸਲਮਾਨਾਂ ਕੋਲੋਂ ਇਹਨਾਂ ਆਖਿਆ ਉਹ ਅਸਾਂ ਅੱਜ ਕੱਲ੍ਹ ਨੇ ਮੁਸਲਮਾਨਾਂ ਕੋਲੋਂ ਸਿਆਣਾ ਆ ਜਿਸ ਕਲਮਾ ਨਹੀਂ ਪੜਿਆ। ਤਾਂ ਜੇ ਸਿਆਣਾ ਹੋਣਾ ਹੈ ਤਾਂ ਕਲਮਾ ਪੜਾ। ਸਰਕਾਰ ਉਸਕੇ ਆਖਿਆ ਅਬੂ ਜਹਿਲ ਤੂੰ ਜਹਿਲ ਨਾ ਪਿਓ ਏ, ਜਿਸ ਕੀ ਸਰਕਾਰ ਆਖਿਆ ਤੂੰ ਜਹਿਲ ਨਾ ਪਿਓ ਏ, ਤੇ ਇਹ ਏਜ਼ਾਜ਼ ਉਸਨੂੰ ਦੇ ਰਹੇ। ਪੁੱਛਣ ਵਾਸਤੇ ਅਬੂ ਜਹਿਲ ਬਾਈ ਦੱਸੋ ਇਹ ਜਾਦੂ ਨੀ ਰੇਂਜ ਕਿੱਥੇ ਗਈ ਹੈ। ਉਹਨਾਂ ਜਾਦੂਗਰਾਂ ਆਖਿਆ ਬਾਈ ਇਹ ਆਸਮਾਨ ਉੱਪਰ ਨੇ ਚੱਲਣਾ, ਜ਼ਮੀਆਂ ਉੱਪਰ ਚੱਲਣਾ। ਫਿਰ ਸਰਕਾਰ ਕੋਲ ਗਿਆ, ਜਨਾਬ ਮੈਂ ਮਨਸਾਂ ਅਗਰ ਤੁਸੀਂ ਕੋਈ ਆਸਮਾਨੀ ਕਰਤਬ ਦੱਸੋ ਤਾਂ। ਸਰਕਾਰ ਆਖਿਆ ਤੂੰ ਫਿਰ ਵੀ ਨਹੀਂ ਮੰਨਣ ਲਗਾ। ਸਰਕਾਰ ਆਖਿਆ ਤੂੰ ਅੱਲਾ ਨਿਜ਼ਰ ਬਿਮਾਰੀ ਚੰਦ ਦੋ ਟੋਟੇ ਹੋ ਕੇ ਜ਼ਮੀਨ ਤੇ ਆਇਆ ਮੁੜ ਕੇ ਜੁੜਿਆ। ਉਸ ਨਾਊਜ਼ ਬਿੱਲਾ ਇਹ ਗੱਲ ਆਖਣੀ ਨੇ ਪਿਆ ਮੁਹੰਮਦ ਮੈਂ ਤੇਰੇ ਤੇ ਇਮਾਨ ਲਿਆਣਾ। ਉਸ ਆਖਿਆ ਤੂੰ ਬਹੁਤ ਬੜਾ ਜਾਦੂਗਾਰ ਹੈ, ਆਸਮਾਨਾਂ ਪਰ ਵੀ ਜਾਦੂ ਚੱਲ ਗਿਆ ਚੱਲਣਾ ਪਿਆ। ਉਸ ਵਕਤ ਸਰਕਾਰ ਫਰਮਾਇਆ ਅਬੂ ਜਹਿਲ ਨਾ ਉਸ ਨੂੰ ਉਮਰ ਸਾ, ਉਸ ਸਰਕਾਰ ਫਰਮਾਇਆ ਤੂੰ ਜਹਿਲ ਨਾ ਪਿਓ ਏ, ਜਿਸ ਕੀ ਸਿਆਣਾ ਹੋਵੇ ਨਾ ਆਜ਼ਾਦ ਦੇ ਰਹੀ। ਇਹ ਵੀ ਸਿਆਣੇ ਨਾ। ਅਗਲੀ ਗੱਲ ਮੈਂ ਕੁਰਾਨ ਵਿੱਚ ਇਰਸ਼ਾਦ ਆ ਮੈਂ ਆਰਫ ਲੋਕਾਂ ਕੋ ਭੇਜਿਆ ਹੈ ਆਇਤ ਜਿਹੜੇ ਮੈਂ ਪਰਸੋਂ ਤਸ਼ਰੀਹ ਤੁਸ ਕਰੋ ਆਇਤ ਹੋ ਕੁਰਾਸ਼ੀ ਔਰ ਜਿਹੜੇ ਪਰਸੋਂ ਤਾਂ ਤਸ਼ਰੀਹ ਰਾਜਾ ਸਾਹਿਬ ਕਰਨ ਤਾਂ ਰਾਜਾ ਸਾਹਿਬ ਨੂੰ ਅੰਗਰੇਜ਼ੀ ਵਿੱਚ ਕੋਈ ਜੁਮਲਾ ਪੇਸ਼ ਕਰ ਲਏ ਫਿਰ ਉਸਨੇ ਤਸ਼ਰੀਹ ਕੁਰਾਸ਼ੀ ਔਰ ਕਰਨੀ ਸੀ ਕਿਉਂਕਿ ਇਹ ਡਬਲ ਐਮ ਏ ਪੜੇ ਹੋਏ ਇਹਨਾਂ ਨੇ ਬਾਹਰ ਬਹੁਤ ਕੁਛ ਪੁੱਛਣੇ ਆ ਬੀ ਏ ਐਲ ਐਲ ਬੀ ਵੀ ਹੈ ਜਿਹੜੇ ਤਾਂ ਫਿਰ ਆਸੇ ਮੈਂ ਤੁਸੀਂ ਇਬਤਦਾ ਕਰੋ ਸ਼ੇਰਾਂ ਨੇ ਨਾ ਰਾਜ ਸਾਹਿਬ ਤੁਸੀਂ ਖੁਦ ਪੇਸ਼ ਕਰੋ ਸ਼ੇਰ। ਹੁਣ ਮੈਂ ਸ਼ੇਰ ਪੜਿਆ ਰਿਹਾ ਹੋਰ ਤੇ ਚਲਾ ਕੋਈ ਹੋਰ ਗਿਆ ਖਾਮ ਖਾ ਨਾ ਪਿਆ ਇੱਕ ਸ਼ੋਰ ਗਿਆ ਨਾ ਉਹ ਰਿਹਾ ਨਾ ਗਿਆ ਨਾ ਆਇਆ ਇੱਥੇ ਬੇਤ ਆਪਣਾ ਆਪ ਜਿਸ ਪਾਇਆ ਇੱਥੇ ਸਿਰੇ ਆਦਮ ਦਾ ਸਮਝੇ ਜ਼ਹੂਰ ਕੈਸਾ। ਚਲੋ ਜੇ ਇਹ ਬਾਤ ਹੈ ਬਈ ਅਜਾ ਨਹੀਂ ਟੁਰਨੇ ਪਏ ਨਾਲ ਇਹ ਫਿਰ ਥੋੜੀ ਦੇਰੀ ਕੀ ਆਸਣ ਜੀ ਹੁਣ ਮੈਂ ਅੱਗੇ ਪੜਨਾ ਪਿਆ ਆ ਜੇ ਪਿੱਛਾ ਨਹੀਂ ਪੜਨਾ ਤਾਂ ਮੈਂ ਇਹਨਾਂ ਨੇ ਪਿੱਛਾ ਉੱਜਣਾ ਇੱਥੋਂ ਹੀ ਕਹਿ ਬਤਾ ਆਖਣ ਵਾਲਾ ਕਹਿੰਦਾ ਰੱਟਾ ਲਾਇਆ ਰਾਜੇ ਨੇ ਕੋਈ ਇਸਨੇ ਤਾਂ ਮੈਂ ਇਹਨਾਂ ਨੇ ਪਿੱਛਾ ਹੁਣ ਪਾਲਾਂ ਸ਼ੇਰ ਅਲਫ ਨੀ ਜਿਹੜੀ ਬਾਤ ਹੈ ਅਰੇ ਸਜਣਾ ਬੜੇ ਅਲਫ ਦੇ ਵਾਂਗ ਬੋਲੇ ਫਿਰ ਸਿੱਧਾ ਵੈ ਨਾ ਬੰਦਾ ਅਲਫ ਪੜਿਆ ਕਿਆ ਵੱਲ ਤਰੇਟ ਤਾਂ ਨਾ ਕਰੇ ਚੜੀ ਜਾਏ ਗੱਲ ਜ਼ਰਾ ਥੋੜੀ ਜਿਹੀ ਗੌਰ ਨਾਲ ਸੁਣੀ ਹੈ ਬੜੇ ਅਲਫ ਤੇ ਅਲਫ ਤੇ ਵਾਂਗ ਹੋਵੇ ਨਿੱਤ ਪੜੀ ਜਾਣਾ ਏ ਕਾਨੂੰ ਪੜੀ ਜਾਣਾ ਏ ਬਾਤ ਪੜਨੇ ਨੀ ਨੀ ਬਾਤ ਅਮਲ ਨਹੀਂ ਹੈ ਜੇ ਪੜੀ ਸੱਜਾ ਤਾਂ ਅਮਲ ਨਾ ਹੋਇਆ ਤਾਂ ਕੋਈ ਫਾਇਦਾ ਨਹੀਂ ਚਾਹੇ ਮੈਂ ਹੱਥ ਚਾਹੇ ਭਾਈ ਹੋਰੇ ਚਾਹੇ ਕੋਈ ਬੰਦਾ ਆ ਕਿਆ ਵਜੂਦ ਤੇਰਾ ਨਹੀਂ ਏ ਅਲਫ ਵਾਂਗੂ ਮੇਖਰ ਜਿਸ ਤੇ ਜ਼ੁਲਮਨੀਆਂ ਚੜੀ ਜਾਣਾ ਏ ਚੌਦਾਂ ਤਾਂ
ਵਜੂਦ ਅੰਦਰ ਸੁਲਤਾਨ ਸਖੀ ਬਾਬਾ ਇਰਸ਼ਾਦ ਫਰਮਾਣੇ ਕਿ 14 ਤਬਕ ਦਿਲਾਂ ਦੇ ਅੰਦਰ ਤੰਬੂ ਵਾਂਗਰ ਤਾਣੇ ਹੋ ਜਿਹੜਾ ਮਹਿਰਮ ਦਿਲ ਦਾ ਬਾਹੂ ਸੋਈ ਉਹ ਰੱਬ ਪਛਾਣੇ ਹੋ 14 ਤਬਕ ਇਸ ਤੇਰੇ ਵਜੂਦ ਅੰਦਰ ਕਿਉਂ ਤੂੰ ਹਵਾ ਨੇ ਘੋੜੇ ਤੇ ਚੜੀ ਜਾਣਾ ਹੈ ਲੇਕਿਨ ਯਾਰ ਤੂੰ ਕਿਆ ਸਮਝਿਆ ਬਈ ਅਲਫ ਕੀ ਕਿਆ ਸਮਝਾਈ ਅਲਫ ਤਾਂ ਤੁਹਾਡਾ ਬੁੱਤ ਵੀ ਆ ਆਵਾਜ਼ ਇਸ ਤਰ੍ਹਾਂ ਦਿੱਤੀ ਓਏ ਅਲਫੀ ਤਨ ਨੂੰ ਸਮਝੀ ਆਈ ਢੋਲ ਖਬਰੇ ਉਹ ਤਾਈ ਰੂਹ ਉੱਤੇ ਚਮੜੀ ਜਾਏ ਇਸ ਜ਼ਮਾਨੇ ਚ ਜਿਸ ਤਰ੍ਹਾਂ ਰਾਜ ਸਾਹਿਬ ਫਰਮਾਇਆ ਇਹ ਗੱਲ ਵਾਕਿਆ ਹੀ ਇਹ ਟੇਪਾਂ ਤੇ ਇਹ ਵੀਡੀਓ ਕੈਸਟਾਂ ਛਪਾਣੀਆਂ ਨਹੀਂ ਇਸ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਜਿੱਥੇ ਤੱਕ ਇਹ ਅਹਿਸਾਸ ਹੋਣਾ ਮੁਤਲਕ ਆ ਜਾਂ ਜਿਹੜੇ ਲਫ਼ਜ਼ ਮੈਂ ਇਸਤੇਮਾਲ ਕੀਤੇ ਸਨ ਮੈਂ ਪਹਿਲੋਂ ਇਹ ਗੁਜ਼ਾਰਿਸ਼ ਕੀਤੀ ਔਰ ਇੱਕ ਆਇਤ ਕੁਰਾਨ ਦੀ ਤੁਹਾਡੇ ਸਾਹਮਣੇ ਤਾਬਤ ਹੋਈ ਹੈ ਜਿੰਨਾ ਇਹ ਜਿੰਨਾ ਕਿ ਜਿਸ ਆਇਤ ਕੀ ਹੈ ਰਾਜ ਸਾਹਿਬ ਨੇ ਐਵੇਂ ਗੱਲਾਂ ਵਿੱਚ ਇੱਧਰ ਉੱਧਰ ਕਰੀ ਤੇ ਗੇਰਾ ਕਰ ਛੁੜਿਆ ਇੱਕ ਮਿੰਟ ਨਾ ਨਾ ਗਲਤ ਬਿਆਨੀ ਤੁਸੀਂ ਆਪਣੇ ਟਾਈਮ ਵਿੱਚ ਬੋਲਿਆ ਹੱਥ ਨਾ ਰੱਖਣਾ ਮੈਂ ਸੁਣੀ ਤੁਸਾਂ ਜੇ ਰਿਸ਼ੀ ਕੱਢਣ ਆਇਆ ਉਹ ਗੱਡੀ ਸੋ ਵਕਤ ਛੱਡ ਦਿਓ ਦੂਸਰੀ ਗੱਲ ਕਿ ਅਗਰ ਕਾਫਰਾਂ ਵਿੱਚੋਂ ਆਰਫ ਹੋ ਸਕਣੇ ਤੇ ਸਿਆਣੇ ਨਹੀਂ ਹੋ ਸਕਣੇ ਸਵਾਲ ਪੈਦਾ ਹੋਣਾ ਆਰਫ ਹੋ ਸਕਣੇ ਸਿਆਣੇ ਨਹੀਂ ਹੋ ਸਕਣੇ ਨੰਬਰ ਦੋ ਕਿ ਇਹ ਜਿਹੜੀ ਪੈਸ ਅਲਫਾਬਾ ਸ਼ੁਰੂ ਹੈ ਇਸ ਦੀ ਇਬਤਦਾ ਇਹਨਾਂ ਕੀਤੀ ਸੀ ਇਹ ਗੱਲ ਚੱਲੀ ਪਈ ਇਹ ਨਹੀਂ ਜੇ ਇਹ ਹੁਣ ਅੱਗੇ ਆ ਗਿਆ ਗੱਛਣ ਜਾਂ ਇਹ ਅੱਗੇ ਟੁਰੇ ਸੀ ਇਬਤਦਾ ਇਹਨਾਂ ਕੀਤੀ ਸੀ ਜਿਸ ਲਈ ਮੈਂ ਅਗਰ ਟੁਰਸਾਂ ਮਾੜੀ ਵਾਰੀ ਆ ਗਿਆ ਸੀ ਅਗਰ ਟੁਰਨੇ ਮੈਂ ਟੁਰਸਾਂ ਔਰ ਇੱਕ ਬੰਦਾ ਜਿੱਥੇ ਤੱਕ ਤਲਕ ਹੈ ਬਾਅਦ ਇਹ ਚੀਜ਼ਾਂ ਦੁਨੀਆ ਚ ਜਾਂ ਜਿਹੜੀ ਮਖਲੂਕ ਚੀਆਂ ਕੁਝ ਚੀਜ਼ਾਂ ਮੁਸਤਸਨਾ ਨੇ ਬਾਕੀ ਚੀਜ਼ਾਂ ਇਸ ਜਿਹਨਾਂ ਦੀ ਮਸਾਲਾ ਮੌਜੂਦ ਨੇ ਵਾਂਗੂ ਨੇ ਲਫ਼ਜ਼ ਮਿਸਾਲ ਵਾਸਤੇ ਇਸਤੇਮਾਲ ਕੀਤਾ ਜਾਣਾ ਅੱਲਫ ਤੋਂ ਮੁਰਾਦ ਅੱਲਾ ਤੇ ਇਹ ਬਦਨ ਉਸਨੇ ਵਾਂਗੂ ਜਿਸਦੀ ਮਿਸਾਲ ਕੋਈ ਨਹੀਂ ਬਕੌਲ ਇਹਨਾਂ ਨੇ ਉਸਦੀ ਮਿਸਾਲ ਕੋਈ ਨਹੀਂ ਬੇਮਿਸਾਲ ਇਹ ਬਦਨ ਉਸਨੇ ਵਾਂਗੂ ਮਿਸਾਲ ਉਸਨੇ ਨਾ ਆਖਿਆ ਨਹੀਂ ਤੇਰੀ ਬੁਨਿਆਦ ਪੱਕੀ ਨਹੀਂ ਅੱਲਾ ਫਿਲਮ ਬੁਨਿਆਦ ਤੂੰ ਕਰ ਪੱਕੀ ਅੱਲਾ ਇਲਮ ਬੁਨਿਆਦ ਤੂੰ ਕਰ ਪੱਕੀ ਹੈ ਆਗਾਸ ਅਲਫੂ ਤੇ ਅੰਜਾਮ ਅਲਫੂ ਬਣਦੀ
ਸਮਝ ਆਵੇ ਅਲਫ ਪੜਿਆ ਬਗੈਰ ਕੀ ਸਮਝ ਆਵੇ ਉਹ ਬੇਸ਼ੱਕ ਦਾ ਮਨਸੂਰ ਤਕਰੀਰ ਸਾਡੀਆਂ ਜ਼ਿਆਦਾ ਹੀ ਆ, ਸ਼ੇਰ ਸਾਡੇ ਘੱਟ ਏ। ਜਿਹੜੀ ਸੱਚੀ ਗੱਲ ਹੈ, ਗੱਲਾਂ ਇਸ ਵਾਸਤੇ ਹੈ, ਇਹ ਬਾਣ ਹੋਣੀਆਂ ਪਈਆਂ। ਮੈਂ ਅੱਗੇ ਤੁਸੀਂ ਆਖਿਆ ਸਾ ਨਾ ਬਈ ਇਹ ਸੱਚੀ ਗੱਲ ਬਾਈ ਸੀ, ਬਾਈ ਭਾਈ ਹੋਰ ਮੁਕਾਬਲਾ ਕਰਨ ਆਏ ਤੇ ਮੈਂ ਆਖਿਆ ਸਾ ਸ਼ੇਰ ਸ਼ੁਰੂ ਕਰੋ। ਮੈਂ ਆਖਿਆ ਮੈਂ ਇਹ ਵੀ ਕੋਈ ਤੱਕਾਂ ਬਈ ਇਹ ਫਨ ਕਿਤਨੇ ਕੁਝ ਜਾਣੇ। ਪਹਿਲ ਉੱਤੇ ਪਤਾ ਲੱਗਾ ਵੀ ਕੀ ਬਈ ਇਹ ਫਨ ਕਿਤਨੇ ਕੁਝ ਜਾਣੇ। ਬਈ ਗੰਦਾ ਜਿਹਾ ਮਾਰਕੀਟ ਹੀ ਚਸਣਾ ਚਾਹਾਂ, ਅਸਲ ਇਹਨਾਂ ਨੂੰ ਮਕਸਦ ਹੀ ਆ ਸਾਹਿਬ ਕੋਈ ਚਲੋ ਰੌਲਾ ਪਾ ਇਹਨਾਂ ਨਾਲ ਬਣ ਆਇਆ ਸਭ ਕੁਝ ਹੋ ਸੀ। ਬਾਤ ਇਲਮ ਤਾਂ ਅਦਬ ਨਹੀਂ ਹੈ। ਹੁਣ ਮੈਂ ਤੁਹਾਡੇ ਕੋਲ ਫੈਸਲਾ ਕਰ ਲਵਾਂਗਾ, ਔਰ ਉਸ ਫੈਸਲੇ ਕੋਲ ਜਾਂ ਮੈਨੂੰ ਬਸ ਕਰਨੀ ਪੈ ਸੀ ਜਾਂ ਕੁਰੈਸ਼ੀ ਸਾਹਿਬ ਕੀ। ਲੰਮਾ ਰਗੜਾ ਨਹੀਂ, ਦੋ ਟੋਕ ਫੈਸਲਾ। ਉਹ ਇਹ ਸ਼ੇਰ ਇੱਥੇ ਰਹਿੰਦੇ ਇੰਨਾ ਇਹ ਬਾਰ ਬਾਰ ਦੁਹਰਾਈ ਬੁਝਾ ਰਹੇ ਗੱਲ ਕਿ ਸਿਆਣਾ ਹੋਣਾ ਜਾਂ ਸਿਆਣਾ ਆਖਣਾ ਕੋਈ ਇਜਾਜ਼ ਨਹੀਂ। ਰਾਜੇ ਨੂੰ ਐਤ ਕੀ ਗੋਲ ਮੋਲ ਕੀਤਾ, ਮੈਂ ਐਤ ਨੀ ਤਸ਼ਰੀਹ ਨਹੀਂ ਕੀਤੀ ਨਾ ਮੈਂ ਤਫਸੀਰ ਬਿਆਨ ਕੀਤੀ ਕੋਈ। ਆਰਫਾਂ ਨੇ ਜਿਹੜੀ ਨਾ ਗੱਲ ਕੀਤੀ, ਮੈਂ ਤਫਸੀਰ ਨਹੀਂ ਬਿਆਨ ਕੀਤੀ। ਇੰਨਾ ਇੱਕ ਪੁਆਇੰਟ ਉਠਾਇਆ, ਪੁਆਇੰਟ ਮੈਂ ਇਹ ਉਠਾਇਆ ਕਿ ਅਗਰ ਕੁਫਾਰਾਂ ਵਿੱਚੋਂ ਆਰਫ ਹੋ ਸਕਣੇ ਤਾਂ ਸਿਆਣੇ ਨਹੀਂ ਹੋ ਸਕਣੇ। ਉਹ ਬਾਤ ਔਰ ਹੈ, ਉਹ ਇਤਮਾਈ ਸ਼ਕਲ ਹੈ। ਮੈਂ ਬਾਤ ਕਰ ਰਿਹਾ ਅਬੂ ਜੈਲ ਦੀ। ਮੈਨੂੰ ਕੁਰੈਸ਼ੀ ਸਾਹਿਬ ਇਹ ਗੱਲ ਦੱਸਣ, ਕਿਆ ਹਜ਼ੂਰ ਨਬੀ ਕਰੀਮ ਸਰਵਰੇ ਤੋਂ ਜਹਾਂ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ, ਬਾਕੀਆਂ ਨੀ ਮੈਂ ਗੱਲ ਨਾ ਕਰਨਾ ਉਹਨਾਂ ਚੋਂ ਸਿਆਣੇ ਥੇ ਜਾਂ ਨਹੀਂ, ਕੁਫਾਰਾਂ ਚੋਂ ਆਰਫ ਥੇ ਜਾਂ ਨਹੀਂ, ਇਸ ਨੂੰ ਅਬੂ ਜੈਲ ਨਹੀਂ ਗਿਆ। ਦੱਸੋ ਜੀ ਗੱਲ ਨਹੀਂ ਕਰਨੀ, ਤੁਸੀਂ ਸਿਰਫ ਆਹ ਦੇ ਨਾਲ ਜਵਾਬ ਦਿਓ ਨਿੱਕੀ, ਸਿਰਫ ਜਵਾਬ ਦੇਣ ਦਿਓ ਜਨਾਬ। ਇੱਕ ਮਿੰਟ, ਇਹਨਾਂ ਕਿਹਾ ਜੀ ਇਹ ਇਜਤਮਾਈ ਸਿਲਸਿਲਾ ਸਾਹਿਬ, ਇਹ ਆਏ ਜਿਹੜੀ ਮੈਂ ਪੜ੍ਹੀ ਇਹ ਇਜਤਮਾਈ ਤਰੀਕੇ ਨਾਲ ਹੋਈ। ਇਸਦੇ ਵਿੱਚ ਇਹ ਦੱਸਿਆ ਗਿਆ ਤੇ ਮਿੱਕੀ ਇਹ ਦੱਸੋ, ਜਿਹੜਾ ਅਬੂ ਜੇਲ ਸਾਹ ਸਾਰਿਆਂ ਵਿੱਚ ਬੜਾ ਕਾਫਰ ਨਹੀਂ ਸਾ, ਖਾਮੋਸ਼ੀ ਸਰਕਾਰ ਬਸ਼ੀਰ
ਬਿਸ਼ਾਰਤ ਦਿੱਤੀ ਬਹਿ ਜਾ ਜੀ ਬਹਿ ਜਾਓ ਅਸਾਂ ਭੁੱਲੇ ਨਾ ਸ਼ੇਰ ਸ਼ੁਰੂ ਹੋ ਸੁਣ ਸ਼ੇਰ ਹੋਈ ਗਿਆ ਸਿੱਧਾ ਹੀ ਇੱਕ ਮਿੰਟ ਖਾਮੋਸ਼ੀ ਸ਼ੇਰ ਇੱਦਾਂ ਹੀ ਇੱਕ ਮਿੰਟ ਬਾਤ ਅਸਲ ਵਿੱਚ ਨੁਕਤੇ ਰਹੀ ਹੈ ਯਾਰ ਮੈਂ ਫੈਸਲਾ ਜਿਹੜਾ ਲੈਣਾ ਚਾਹਣਾ ਆ ਜਾਂ ਕੁਰੈਸ਼ੀ ਸਾਹਿਬ ਇਹ ਗੱਲ ਆਖਣ ਕੇ ਰਾਜਾ ਆਬਦ ਗਲਤਾ ਕੌਲੇ ਰਸਾਲ ਤੇ ਮੁਆਬ ਨਹੀਂ ਹੈ ਔਰ ਇਸ ਨਾਲ ਵਜੂਦ ਨਹੀਂ ਹੈ ਨੌਜ ਬਿੱਲਾ ਤਾਂ ਮੈਂ ਆਖਸਾਂ ਜੀ ਠੀਕ ਹੈ ਮੈਂ ਆਪਣੇ ਲਫ਼ਜ਼ ਵਾਪਸ ਲੈ ਲੈਣਾ ਜਾਂ ਤੁਸੀਂ ਵੀ ਸਾਰੇ ਇਹ ਗੱਲ ਆਖੋ ਬਾਤ ਸਿਰਫ ਅਬੂ ਜੇਲ ਨਹੀਂ ਹੋ ਰਹੀ ਬਾਕੀ ਕਫਾਰਾ ਨਹੀਂ ਹੋ ਰਹੀ ਜਿਸ ਕੀ ਨਬੀ ਫਰਮਾਨ ਜੰਨਤ ਨੂੰ ਬਿਸ਼ਾਰਤ ਦੇਣ ਅਸੀਂ ਨੌਜ ਬਿੱਲਾ ਉਸਨੂੰ ਕੁਝ ਨਾ ਕਹਿ ਸਕਦੇ ਜਿਸ ਕੀ ਸਰਵਰੇ ਦੋ ਜਹਾਨ ਆਖਿਆ ਤੂੰ ਜਹਲਾ ਨਾ ਪਿਓ ਏ ਉਸ ਕੀ ਆਣੇ ਜੀ ਸਿਆਣਾ ਹੋਣੇ ਨਾ ਆਜ਼ਾਦ ਦੇਣਾ ਪਿਆ ਜੁਰਮਾ ਮੈਂ ਬਾਤ ਅਬੂ ਜੇਲ ਨਹੀਂ ਕਰਨਾ ਕਿਆ ਹਜ਼ੂਰ ਨੇ ਨਹੀਂ ਕਿਹਾ ਤੂੰ ਜਹਲਾ ਨਾ ਪਿਓ ਏ ਅਗਰ ਹਜ਼ੂਰ ਨੇ ਕਿਹਾ ਕਿ ਤੂੰ ਜਹਲਾ ਨਾ ਪਿਓ ਏ ਅਬੂ ਜੇਲ ਨੂੰ ਤਾਂ ਫਿਰ ਕੁਰੈਸ਼ੀ ਸਾਹਿਬ ਨੇ ਦੱਸੋ ਕਿ ਇਹ ਗਲਤ ਹੈ ਜਾਂ ਕੋਈ ਹੋਰ ਬੰਦਾ ਦੱਸਿਆ ਵੀ ਹੋਰ ਕਿਸ ਦੱਸਿਆ ਮੈਂ ਮੌਜੂਦ ਹਾਂ ਉਹ ਦੱਸਿਆ ਤਾਂ ਜੇ ਮਹਿਣਾ ਹੁੰਦਾ ਤੁਸਾਂ ਮੈਂ ਸਕੇ ਇੱਕ ਮਸਾਲਾ ਇੱਕ ਗੱਲ ਦੱਸਾਂ ਵਾਜ਼ੇ ਕਰੀਦਾ ਇਸ ਲਈ ਚੁੱਪੀ ਲੁਕੀ ਗੱਲ ਨਹੀਂ ਤੁਸਾਂ ਕੀ ਪਤਾ ਕਿ ਯੂਰਪ ਏਸ਼ੀਆ ਵਿੱਚ ਅਸਾਂ ਦੇ ਲੋਕ ਡਾਕਟਰ ਬਣਨ ਵਾਸਤੇ ਗੱਸਣੇ ਸਾਇੰਸਦਾਨ ਬਣਨ ਵਾਸਤੇ ਗੱਸਣੇ ਹੋਰ ਤਰ੍ਹਾਂ ਤਰ੍ਹਾਂ ਦੀ ਡਿਗਰੀਆਂ ਖਰੀਦ ਪਾਕਿਸਤਾਨ ਵਿੱਚ ਦੱਸਣੇ ਇਹ ਗੱਲ ਇਸੇ ਤਰ੍ਹਾਂ ਹੀ ਮੰਨੇ ਹੋ ਨਾ ਜਿੱਥੇ ਉਹ ਸਿੱਖਣ ਵਾਸਤੇ ਜਾਣੇ ਉਹਨਾਂ ਲੋਕਾਂ ਦਾ ਮਜ਼ਹਬ ਇਹ ਆ ਕਿ ਉਹ ਈਸਾ ਕੀ ਅੱਲਾ ਦਾ ਬੇਟਾ ਆਖਣੇ ਤੇ ਕਿਹਾ ਉਹ ਜਹਿਲ ਨਹੀਂ ਕੁਰਾਨ ਉਹਨਾਂ ਕਿਤੇ ਜਹਿਲ ਆਖਣਾ ਲੇਕਿਨ ਉਸ ਕਿਹਾ ਉਹ ਫਿਰ ਉਹ ਇਲਮ ਨਹੀਂ ਰੱਖਣੇ ਕੁਰਾਨੀ ਇਸਤਲਾਹ ਵਿੱਚ ਜਹਿਲ ਕਿਸ ਕੀ ਆਖਣਾ ਰਾਜਾ ਰਜ਼ਰਾ ਵਾਜ਼ਿਆ ਕਰਾਂ ਕਿ ਕੁਰਾਨੀ ਇਸਤਲਾਹ ਵਿੱਚ ਜਹਿਲ ਕਿਹੜਾ ਸਿਆਣਾ ਹੋਣਾ ਹੋਰ ਚੀਜ਼ ਜਹਿਲ ਬੜਾ ਖਿਆਲ ਹੈ ਸਾਰੀਆਂ ਗੱਲਾਂ ਜਾਂ ਅਸਾਂ ਸ਼ੇਰ ਕੋ ਫੁੱਟਿਆ ਠਹਿਰੋ ਜੀ ਠਹਿਰੋ ਸ਼ੇਰ ਕਿਹੜੇ ਪੜੋ ਕਿਹੜੇ ਸ਼ੇਰ ਪੜੋ ਹਾਂ ਇੱਕ ਮਿੰਟ ਖਲੋ ਸ਼ੇਰ ਤੇ ਤਾਂ ਪੜਾ ਜੇ ਤਾਂ ਕੋਈ ਗੱਲ ਟੁਰਿਆ ਤਾਂ ਮੈਂ ਇਹ ਅਰਜ਼ ਕਰਨਾ ਪਿਆ ਹੁਣ ਇਹ ਗੋਲ ਮੋਲ ਕਰਨੇ ਕਦੇ ਯੂਰਪ ਦੀਆਂ ਮਿਸਾਲਾਂ ਕਦੇ ਏਸ਼ੀਆ ਦੀਆਂ ਮਿਸਾਲਾਂ ਕਦੇ ਇਸਤਲਾਹ ਪੁਰਾਣੀ ਦੇਣੇ ਮੈਂ ਤੇ ਨਿੱਕੀ ਜੀ ਇੱਕ ਗੱਲ ਕੀਤੀ ਤੇ ਮੁਖਤਸਰ ਜਿਹਾ ਜਵਾਬ ਮੰਗਿਆ ਮੈਂ ਇਹ ਗੱਲ ਆਖੀ ਕਿ ਸਰਕਾਰ ਤੁਸੀਂ ਮੈਨੂੰ ਸਿਰਫ ਇਹ ਦੱਸੋ ਕਿ ਕਿਆ ਨਬੀਏ ਪਾਕ ਨੇ ਅਬੂ ਜਹਿਲ ਯਾਨੀ ਜਿਸ ਦਾ ਨਾਮ ਉਮਰ ਸਾਹਿਬ ਸੀ ਅਬੂ ਜਹਿਲ ਨਹੀਂ ਕਿਹਾ ਜੇ ਨਬੀ ਪਾਕ ਕਿਹਾ ਤਾਂ ਫਿਰ ਇਹ ਕਿੱਥੋਂ ਇਸਤਲਾਹ ਲੋੜੇ ਪਏ ਜਿਸ ਮੌਕਫ ਤੇ ਰਾਜਾ ਰੇ ਇਹ ਮੌਕਫ ਦਰੁਸਤ ਹੈ ਬਹਰਾਲ ਮਿਹਰਬਾਨੀ ਕਰੋ ਹੁਣ ਸ਼ੇਰਖਾਨੀ ਕਰੋ ਜਿਹੜੀ ਕਰਨੀ ਸ਼ੇਰਖਾਨੀ ਤਾਂ ਕਰਸਾਂ ਜਨਾਬ ਜੀ ਅਗਰ ਇਕਰਾਰ ਕਰਸਾਂ ਆਪਣਾ ਤਾਂ ਨਹੀਂ ਤੇ ਇਹ ਜੇ ਜਾਲ ਬੰਦੇ ਨਾਲ ਮੇਰਾ ਬੈਣਾ ਇੱਕ ਮਿੰਟ ਇਹਦਾ ਫੈਸਲਾ ਹੈ ਕਿ ਇੱਕ ਮਿੰਟ ਨਹੀਂ ਇੱਕ ਮਿੰਟ ਜਿਹੜੀ ਗੱਲ ਮੇਰੇ ਗੱਲ ਸੁਣੋ ਲਖਨੇ ਸਾਹਿਬ ਜਿਸ ਨੂੰ ਹਜ਼ੂਰ ਪਾਕ ਨੇ ਬੁਰਾ ਆਖਿਆ ਉਸ ਕਿਆ ਚੰਗਾ ਨਾ ਆ ਸਕਣ ਗੱਲ ਹਜ਼ੂਰ ਗੁਜ਼ਾਰਿਸ਼ ਇੱਕ ਮਿੰਟ ਆ ਜਾਓ ਗੁਜ਼ਾਰਿਸ਼ ਹੈ ਮੈਂ ਵੀ ਉਸ ਕੀ ਅਬੂ ਜਹਿਲ ਆਖਣਾ ਮੈਂ ਵੀ ਉਸ ਕੀ ਅਬੂ ਜਹਿਲ ਆਖਣਾ ਸਿਆਣਾ ਹੋਣਾ ਇੱਕ ਹੋਰ ਸਨਫੀ ਸਿਆਣਾ ਹੋਣਾ ਇੱਕ ਹੋਰ ਸਨਫੀ ਲਾਹਦਾ ਸਨਫੀ ਹੈ ਮੈਂ ਇਹ ਵੀ ਆਖਿਆ ਕਿ ਸਰਕਾਰੇ ਤਵਾਲਮ ਨੇ ਫਰਮਾਇਆ ਕਿ ਉਹ ਅਬੂ ਜਹਿਲ ਤਸਾਂ ਵੀ ਆਖਣੇ ਅਬੂ ਜਹਿਲ ਐਸੀ ਗੱਲ ਨਹੀਂ ਕਿ ਅਸਾਂ ਨਾ ਆਖਣੇ ਇੱਕ ਮਿੰਟ ਜੀ ਰਾਏ ਸਾਹਿਬ ਅਬੂ ਜਹਿਲ ਨੇ ਨਾ ਅਸਾਂ ਨਾ ਤਬਦੀਲ ਕਰਨਾ ਤੇ ਨਾ ਕੋਈ ਹੋਰ ਕਰੀ ਸਕਣਾ ਤੇ ਨਾ ਅੱਗੇ ਕਿਸੇ ਕੀਤਾ ਗੱਲ ਸ਼ੇਰਖਾਨੀ ਨਹੀਂ ਹੈ
ਸ਼ੇਰਖਾਨੀ ਕਰਨੇ ਹੋ ਤੁਹਾਡੀ ਮਿਹਰਬਾਨੀ ਆਏ, ਮਹਿਫਿਲ ਚ ਬੰਦੇ ਆਏ, ਨੋ ਕਰਨੇ ਤੇ ਤੁਹਾਡੀ ਮਿਹਰਬਾਨੀ ਆ, ਤਾਂ ਵੀ ਆਏ ਹੋ ਮੈਂ ਬਾਹਰ ਸਾਡੇ। ਲੇਕਿਨ ਉਹ ਅਸੀਂ ਜੇ ਮੈਂ ਜੇ ਆਖਿਆ ਜਨਾਬ ਤੁਸੀਂ ਇਸ ਮੌਕੇ ਤਾਂ ਦਰੁਸਤ ਹੋ ਤੇ ਗੱਲ ਖਤਮ ਹੈ। ਮੈਂ ਰਾਜੇ ਰੋਣ ਗੱਲ ਨਾਲ ਇਸ ਵਾਸਤੇ ਇਤਫਾਕ ਕਰੀ ਸ਼ੁਰੂ ਕਰਨ ਲੱਗਾ ਕਿ ਇਹ ਬੜੇ ਵੀ ਇਹ ਤੇ ਨਾ ਆਰਡਰ ਦਿੱਤਾ, ਲੇਕਿਨ ਇਨਸਾਫ ਦੀ ਬਾਤ ਜਿਹੜੀ ਆ ਉਹ ਨਾ ਮੈਂ ਛਪਾ ਸਕਣਾ ਨਾ ਦੂਆ ਛਪਾ ਸਕਣਾ। ਹੁਣ ਇਹ ਗੱਲ ਇੱਥੇ ਆਈ, ਅਗਲੀ ਗੱਲ ਇਹ ਕਿ ਹੁਣ ਜ਼ਰਾ ਗੱਲਾਂ ਨਾਲ ਗੱਲ ਜਨਮ ਰੂਹ ਦਾ ਇਹ ਸਾਰੀਆਂ ਪਿਛਲੀਆਂ ਗੱਲਾਂ ਉੱਥੇ ਹੀ ਇਹ ਜੇ ਮੁੱਕੀ ਗਈ ਤਾਂ ਚਿਸਤਾਬ ਨਹੀਂ ਗਿਆ। ਹੁਣ ਹੋਰ ਗੱਲ, ਜਨਮ ਰੂਹ ਦਾ ਆਉਂਦਾ ਜਦ ਰੂਹ ਵਿੱਚੋਂ ਉਹ ਤੂੰ ਸੋਚ ਦੇ ਫਲਸਫੇ ਬਾਤ ਆਉਂਦੇ ਪੜਿਆ ਸਾ ਅਲਫ ਇਲਮ ਬੁਨਿਆਦ ਤੋਂ ਕਰ ਪੱਕੀ ਹੈ ਆਗਾਜ਼ ਅਲਫੂ ਤੇ ਅੰਜਾਮ ਅਲਫੂ ਮੌਜੂ ਇਹਨਾਂ ਨੇ ਸ਼ੁਰੂ ਸਾ ਤੁਸਾਂ ਮਿੱਕੀ ਸਾਰੇ ਲੋਕ ਇਸ ਗੱਲਾਂ ਨੇ ਗਵਾਏ ਮਿੱਕੀ ਦੱਸੋ ਕਿ ਅੱਜ ਦੀ ਮਹਿਫਲ ਚ ਬੁਝਾਲਾ ਜ਼ਿਕਰ ਮੈਂ ਸ਼ੁਰੂ ਕੀਤਾ ਜਾਂ ਇਹ ਨਾ ਕੀਤਾ ਸ਼ੇਰਾਂ ਨਾਲ ਕੋਈ ਤਲਕ ਤੈਸ ਗੱਲਾਂ ਨਾ ਇੱਕ ਮਿੰਟ ਜੀ ਛੋੜੋ ਕਿਸੇ ਛੋੜੇ ਗੱਲ ਆਪਣਾ ਬਾਹਰ ਬੰਦਾ ਨਾ ਬੋਲੋ ਇਹ ਜਿਹੜਾ ਜ਼ਿਕਰ ਅਸਾਂ ਸ਼ੁਰੂ ਕੀਤਾ ਸਾ ਇਹ ਜਿਹੜਾ ਮੌਜੂ ਸ਼ੁਰੂ ਸਾ ਇਸ ਦੇ ਵਿੱਚ ਬੁਝਾਲਾ ਕਿਸੇ ਜਾਈ ਕੋਈ ਜ਼ਿਕਰ ਤਿਆਸ ਆ ਨਹੀਂ ਸਾ ਨਾ ਮੈਂ ਸ਼ੁਰੂ ਕੀਤਾ ਇੱਕ ਇਹ ਸ਼ੁਰੂ ਕੀਤਾ ਕਿਉਂ ਗਿਆ ਸਿਰਫ ਇਸ ਵਿੱਚ ਮੈਂ ਲਿਖ ਕੇ ਦਿਆਂ ਤੁਸੀਂ ਇਸ ਵਾਸਤੇ
ਸ਼ੇਅਰ ਸ਼ੁਰੂ ਕਰੋ ਭਾਈ ਜੀ। ਤਕਰੀਰਾਂ ਦੀ ਗੱਲ ਜੀ ਜਾਂ ਤੱਕ ਤੇ ਗੱਲਾਂ ਪਾਣੀਆਂ ਪੈਣੀਆਂ, ਮਾਰੂ ਬੰਦਾ ਬੋਲੇ ਨੀ ਕੋਈ ਹੱਕ ਨੀ ਆਉਣਾ, ਵਰਨਾ ਮੈਂ ਬੰਦ ਹੋ ਜਾਂਦਾ। ਕੋਈ ਬੰਦਾ ਬਾਹਰੋਂ ਨੀ ਬੋਲਣ ਹੈਗਾ। ਦੂਸਰੀ ਚੀਜ਼ ਪਿਛਲੀ ਨਾ ਦੁਰਾਣਾ ਉਸਨਾਲ ਫੈਸਲਾ ਹੋ ਗਿਆ ਜੋ ਕੁਝ ਹੋਣਾ ਸਾ। ਬਾਤ ਅੱਗੇ ਇਹ ਟੁਰਨੇ ਪੀ ਜਾਣੇ ਨਾ ਜੋ ਕੁਝ ਬਾਣੇ ਵੀ ਮੈਂ ਪਿੱਛਾ ਪਿੱਛਾ ਬਾਣਾ ਪਿਆ ਜਾਣੇ। ਮੈਂ ਇਹ ਗੱਲ ਕੀਤੀ ਕਿ ਉਹ ਸਾਰੀਆਂ ਪਿੱਛਾ, ਉਹ ਗੱਲਾਂ ਸਾਰੀਆਂ ਪਿੱਛਾ ਇੱਥੋਂ ਇੱਥੋਂ ਇਹ ਜਿਹੜਾ ਇਸ ਤੋਂ ਪਹਿਲਾਂ ਫੈਸਲਾ ਜਿਹਾ ਹੋਇਆ। ਅਗਲੀ ਗੱਲ ਹੋਰ ਪਿਛਾ ਪਿਛਾ ਪਾਣੇ ਪਏ ਮੈਂ ਜਨਮ ਰੂਹ ਦਾ ਆਉਂਦਾ ਜਦ ਰੂਹ ਵਿੱਚੋਂ ਉਦੋਂ ਸੋਚਦੇ ਫਲਸਫੇ ਮਾਤ ਆਉਂਦੇ। ਇਹ ਬਾਓ ਮੈਂ ਜੋ ਕੁਝ ਬਾਣਾ ਪਿਆ ਜਨਮ ਰੂਹ ਦਾ ਆਉਂਦਾ ਜਦ ਰੂਹ ਵਿੱਚੋਂ ਉਦੋਂ ਸੋਚਦੇ ਫਲਸਫੇ ਮਾਤ ਆਉਂਦੇ। ਆਖਿਆ ਇੱਕ ਆਰਜ਼ੂ ਉੱਠੀ ਸੀ ਦਿਲ ਅੰਦਰ, ਸਜਣੋ ਇੱਕ ਆਰਜ਼ੂ ਉੱਠੀ ਸੀ ਦਿਲ ਅੰਦਰ, ਉਹਦਾ ਹੋਈ ਪੂਰੀ ਪੂਰੂ ਵਿਛੜ ਗਿਆ।
ਲੱਗੀ ਤੂਰੂ ਵਿਛੜ ਗਿਆ ਨੀ ਕੋਈ ਜਾਣਦਾ ਪੰਛੀ ਆਇਆ ਪਪੂਰੀ ਨੂਰੂ ਵਿਛੜ ਗਿਆ ਇਹ ਗੱਲ ਮੈਂ ਤਸਲੀਮ ਕਰਨਾ ਕਿ ਚਲੋ ਜਿਹੜੀ ਗੱਲ ਮੁੱਕੀ ਗਈ ਮੌਜੂ ਜਿਹੜਾ ਸਰਕਾਰ ਸ਼ੁਰੂ ਕੀਤਾ ਸਾ ਉਹ ਆਪੂ ਛੋੜੀ ਦੇ ਟੁਰੀ ਦੇ ਗੱਲ ਅਲਫ ਤੋਂ ਸ਼ੁਰੂ ਸੀ ਚਲੋ ਬਹਰਹਾਲ ਮੈਂ ਇਸ ਦੀ ਕੋਸ਼ਿਸ਼ ਕਰਨਾ ਬਹਰਹਾਲ ਇੱਕ ਤਾਕੀਦ ਨਾਲ ਜੀ ਹਾਂ ਤੁਸਾਂ ਜ਼ਰਾ ਮਿਹਰਬਾਨੀ ਕਰ ਸੋ ਆਪਣੇ ਹਾਲ ਉੱਪਰ ਵੀ ਸਾਰੇ ਉੱਪਰ ਵੀ ਇੱਕ ਤਾਕੀਦ ਕਿਸੇ ਹੋਰ ਰੰਗ ਵਿੱਚ ਕਿਸੇ ਹੋਰ ਤਖਾਤਬ ਤੇ ਨੀਅਰੇ ਫਲਕ ਰੂਹ ਹੋ ਜਾ ਨੀਅਰੇ ਫਲਕ ਰੂਹ ਹੋ ਜਾ ਕਰ ਖੁਸ਼ੂ ਗੁੱਸਾ ਖੁਸ਼ਮਗੀ ਨਾ ਕਰ ਅਜ਼ਾਜ਼ੀਲ ਦਾ ਕਾਇਮ ਮਕਾਮ ਨਾ ਬਣ ਰੱਬ ਦੇ ਨਾਲ ਲਗਵ ਕਮਤਰੀ ਨਾ ਕਰ ਤੂੰ ਅਲਫ ਤੇ ਕਰ ਤੂੰ ਅਦਬ ਇਸਦਾ ਐ ਤਰਦੀਦ ਨੁਕਤਾ ਨੁਕਤਾ ਚੀਲ ਨਾ ਕਰ ਫੇਰ ਉਹ ਜ਼ਿੱਲੇ ਕਲਾ ਤੂੰ ਚੌਂਪੜੀ ਪੁੱਟੋ ਸਾਇਆ ਇਹ ਨਾ ਪਾਕਾ ਨਾ ਪਾਕ ਜ਼ਮੀਨ ਨਾ ਕਰ ਸਰਕਾਰ ਇਹਨਾਂ ਦੋਵੇਂ ਸ਼ੇਰਾਂ ਚ ਅੱਲਾਹ ਬਾਣ ਜ਼ਿਕਰ ਕੀਤਾ ਮੈਂ ਆਖਿਆ ਮਜ਼ਮੂਨ ਕੀ ਮਿਲਾਉਣਾ ਚਾਹੀਦਾ ਤੇ ਟੁਰਨਾ ਚਾਹੀਦਾ ਇਹ ਬਾਤ ਇਹਨਾਂ ਆਖਿਆ ਗੱਲ ਮੁੱਕੀ ਨਹੀਂ ਮੌਜੂ ਇਹਨਾਂ ਤਬਦੀਲ ਕਰੀ ਖੜਿਆ ਤੁਸਾਂ ਨਾਲ ਮਾੜੇ ਟੁਰਨੇ ਹੋ ਪਏ ਮੈਂ ਮਜ਼ਮੂਨ ਐਸਾ ਨਹੀਂ ਤਬਦੀਲ ਕੀਤਾ ਕਿ ਹੁਣ ਬਜਾਏ ਇਹ ਗੱਲ ਛੋੜਨੇ ਨੇ ਜਨਾਬ ਕਰਬਲਾ ਨਹੀਂ ਸ਼ੁਰੂ ਕਰੀ ਦਿਆ ਔਰ ਇਹ ਬਾਤ ਵੀ ਨਹੀਂ ਅਗਰ ਉਹ ਬਾਤ ਹੈ ਤਾਂ ਇੱਕ ਘੰਟਾ ਡੇਢ ਹੋਰ ਸਾਹਿਬ ਸਾਹਿਬ ਦੇ ਟਾਈਮ ਰੱਖੀ ਕਿੰਨਿਆਂ ਦੀ ਆਪਾਂ ਨੇ ਰਹਿਣੇ ਰਾਤੀ ਸਾਰੀ ਇਹ ਬਾਤ ਵੀ ਨਹੀਂ ਬਾਤ ਇਹ ਹੈ ਮੈਂ ਬਾਣਾ ਪਿਆ ਜੇ ਭਾਈ ਹੋਰਾਂ ਨੇ ਸਮਝਿਆ ਜਸਣਾ ਤੇ ਬਾਣ ਨਹੀਂ ਹੱਸਣਾ ਤੇ ਆਪ ਨਹੀਂ ਆਇਆ ਇਹ ਫਿਰੀ ਥੁਰੀ ਤਾਂ ਐਵੇਂ ਰਾਤ ਬਾਹਰ ਗੱਲਾਂ ਕਰੀ ਗਏ